ਮੇਰੇ ਵਾਲੀ ਤਾਂ ਉਹਨਾਂ ਨੂੰ ਬੋਲਣ ਦਾ ਤਰੀਕਾ ਵੀ ਭੁੱਲ ਗਿਆ ਹੰਕਾਰ ਬਹੁਤ ਆ ਗਿਆ ਕਦੇ ਮੇਰੇ ਬਾਰੇ ਗੱਲ ਕਰਦੇ ਉਹ ਕੱਟਿਆ ਆਦਮੀ ਦੱਸ ਤੇਰਾ ਮੈਂ ਕੀ ਕੱਟਿਆ ਕਰਤਾ ਤੇਰੀ ਕੋਈ ਚੋਰੀ ਕਰਨੀ ਉਹਨੂੰ ਪੁੱਛੇ ਕੋਈ ਮੈਂ ਸਮਝਦਾ ਕਿ ਜਲਦੀ ਚੋ ਮੁੱਖ ਮੰਤਰੀ ਦੀ ਫੀਲ ਲੈ ਰਹੇ ਐ ਔਰ ਆ ਜਾਣ ਚੋਣਾਂ ਲੜ ਲੈਣ ਮੈਂ ਤਾਂ ਕਹਿੰਦਾ ਲੜਨਾ ਅਸੀਂ ਤਾਂ ਚੋਣੇ ਆ ਕਿ ਜਿਹੜੇ ਕਿਸਾਨ ਲੀਡਰ ਆ ਕੇ ਚੋਣਾਂ ਲੜਨ ਹੁਣ ਇਹਨਾਂ ਨੂੰ ਪਤਾ ਲੱਗ ਜਾਉ ਉਹਨਾਂ ਦੀ ਪਪੂਲਾਰਿਟੀ ਕੀ ਐ ਕੀਚਿੰਗ ਬਾਦਲ ਕਹਿ ਰਿਹਾ ਵੀ ਸਾਨੂੰ ਇੱਕ ਤਾਂ ਉਹਨਾਂ ਨੂੰ ਆਪ ਤੇ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਨੂੰ ਝੂਠੇ ਪਰਚੇ ਦਰਜ ਕਰਕੇ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਝੂਠੇ ਪਰਚੇ ਦਰਜ ਕਰਕੇ ਫੜਦੇ ਰਹਿੰਦੇ ਹੁਣ ਥੋੜਾ ਜਿਹਾ ਸਹੈਬ ਹੀ ਲੈਣ। ਇੰਨਾ ਕੁ ਚੀਕ ਚੜਾ ਫੜਦੇ। ਸਿੰਘ ਸਿੱਧੂ ਹੀ ਮਿਲੇ ਹੋਇਆ ਹੁ ਤਾਂ ਲਗਾਤਾਰ ਕਾਲੀ ਦਲ ਉੱਤੇ ਹਮਲੇ ਕਰਦੇ ਰਹਿੰਦੇ ਆ ਤਿੱਖੇ ਹਮਲੇ ਕਰਦੇ ਆ ਰੋਜ ਹੀ ਉਹਦਾ ਅਕਾਲੀ ਦਾ ਉੱਤੇ ਸਵਾਲ ਚੱਕਦੇ ਆ ਆਪਣੀ ਸਰਕਾਰ ਨੂੰ ਵੀ ਘੇਰ ਲੈਂਦੇ ਆ ਜੇ ਨਹੀਂ ਮਿਲਿਆ ਤਾਂ ਹੀ ਤਾਂ ਸਿਆਪਾ ਕੰਪਨੀ ਬਣਿਆ ਹੋਇਆ ਉਹ ਰੋਜ ਸਿਆਪਾ ਕਰੀ ਜਾਂਦਾ ਆਪਦੀ ਪਾਰਟੀ ਦਾ ਆਪਦੀ ਸਰਕਾਰ ਦਾ ਹੀ ਸਿਆਪਾ ਕਰਦਾ ਅਦਨਾਲ ਜਲਾਲਪੁਰ ਮੇਰਾ ਤਾਂ ਵੈਸੇ ਮਿੱਤਰ ਹੈ ਪਰ ਉਹ ਬੋਲਦੇ ਹੋਏ ਦੇਖਦੇ ਨੇ ਉਹਨੂੰ ਖੁਦ ਨੂੰ ਵੀ ਪਤਾ ਲੱਗਦਾ ਕਿ ਮੈਂ ਕੀ ਕਹਤਾ ਸਾਲੇ ਵਾਲੇ ਐਮਐਲਏ ਕੋਲ ਚਲੇ ਜਾਓ ਬਸ ਜਲਾਦ ਤੋਂ ਵੀ ਬੁਰਾ ਵਿਵਹਾਰ ਕਰਦਾ ਫਿਰ ਤੇ ਲੋਕ ਡਰਦੇ ਆ ਉਹਦੇ ਕੋਲ ਪੰਜਾਬ ਵਾਲਿਆਂ ਨੇ 5-5 ਲੱਖ ਰੁਪਏ ਤੇ ਇੱਕ ਨੌਕਰੀ ਦੀ ਗੱਲ ਕਰਤੀ ਸੀ ਅਧਿਵਾਲਜੀ ਤਾਂ ਔਰ ਜਿਹੜੇ ਉਗਰਾਹਾ ਹੈਗੇ ਉਹ ਤਾਂ ਮੁੱਖ ਮੰਤਰੀ ਦੇ ਬਗਲ 'ਚ ਬੈਠ ਕੇ ਇਹ ਕਹਿੰਦੇ ਆ ਕਿ ਹੁਣ ਅਸੀਂ ਕਾਂਗਰਸ ਨੇ ਕਰਾਉਣੀ ਕਰਨਾ ਇਹ ਤਾਂ ਇਹਨਾਂ ਨੂੰ ਜਿਹੜੇ ਕਿਸਾਨ ਆਗੂ ਨੇ ਨਾ ਇਹਨਾਂ ਨੂੰ ਸਿੱਧੇ ਰਾਹ ਤੇ ਪੰਜਾਬ ਦੇ ਲੋਕ ਹੀ ਲੈ ਕੇ ਆਉਣਗੇ ਮੈਂ ਸਮਝਦਾ ਕਿ ਜਲਦੀ 'ਚ ਹੋ ਮੁੱਖ ਮੰਤਰੀ ਦੀ ਫੀਲ ਲੈ ਰਹੇ ਆ ਔਰ ਆ ਜਾਣ ਚੋਣਾਂ ਲੜ ਲੈਣ ਮੈਂ ਤਾਂ ਕਹਿੰਦਾ ਲੜ ਲੈ ਅਸੀਂ ਤਾਂ ਚੋਣੇ ਆ ਕਿ ਜਿਹੜੇ ਕਿਸਾਨ ਲੀਡਰ ਆ ਕੇ ਚੋਣਾ ਲਾਉਣ ਹੁਣ ਇਹਨਾਂ ਨੂੰ ਪਤਾ ਲੱਗ ਜੂ ਉਹਨਾਂ ਦੀ ਪਪੂਲਾਰਿਟੀ ਕੀ ਹੈ ਠੀਕ ਹੈ ਨਾ ਗੱਲ ਹੁਣ ਇਹਨਾਂ ਤੋਂ ਪੁੱਛ ਕੇ ਸਰਕਾਰਾਂ ਚੱਲਣਗੀਆਂ ਇਹਨਾਂ ਤੋਂ ਪੁੱਛ ਕੇ ਉਹ 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 ਫਾਸਟਵੇਅ ਵਾਲੇ ਤੇ ਜਿਹੜੀ ਈਡੀ ਦਾ ਰੇਡ ਹੋਈ ਆ ਇਹਨਾਂ ਤੋਂ ਪੁੱਛ ਕੇ ਕਰਨੀ ਸੀ ਉਹ ਚਾਹੇ ਕੁਛ ਵੀ ਕਹੋ ਕਈ ਵਾਰ ਬਹੁਤ ਅੱਛੀਆਂ ਗੱਲਾਂ ਵੀ ਕਰਦਾ ਔਰ ਆਪਦੇ ਸਰਕਾਰ ਬਾਰੇ ਵੀ ਬੋਲਦਾ ਉਹ ਤਾਂ ਦੁਖੀ ਆਤਮਾ ਹੈ ਸੱਚੀ ਲੋ ਮੇਰੇ ਤੇ ਰੇਡ ਕਰਵਾ ਦਿਓ ਕਰ ਲਈ ਜੀ ਨੇ ਜੋ ਕਰਨਾ ਜਦੋਂ ਤੁਸੀਂ ਕੋਈ ਗਲਤ ਕੰਮ ਹੀ ਨਹੀਂ ਕਰਦੇ ਥੋੜਾ ਜੀ ਕੀ ਕਰੂ ਨਾਲੇ ਫ੍ਰੀਸ ਕੀ ਕਰੂਗੀ ਕਹਿੰਦਾ ਸਰ ਪਹਿਲਾਂ ਕਹਿੰਦਾ ਸੀ ਮੇਰੇ ਤੇ ਗਲਤ ਹੋ ਗਿਆ ਹੁਣ ਕਹਿੰਦਾ ਗਲਤ ਹੋ ਗਿਆ ਹੁਣ ਕਹਿੰਦੇ ਕਿ ਪੈਸੇ ਜਿਹੜੇ ਬੋਝਨ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਸ ਸੀ ਉਹਨਾਂ ਨੇ ਉਹਦੇ ਪੈਸੇ ਸੀਗੇ ਇਹ ਤਿੰਨ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਪਰਾਲੀ ਵਾਲੀ ਮੰਗ ਵੀ ਕਿਸਾਨਾਂ ਦੀ ਮੰਨ ਲਈ ਹੈ ਪਰ ਹਜੇ ਵੀ ਕਿਸਾਨ ਐਮਐਸਪੀ ਦੀ ਮੰਗ ਉੱਤੇ ਸਰਕਾਰ ਵੱਲੋਂ ਕੋਈ ਠੋਸ ਕਦਮ ਚੁੰਦੇ ਨਹੀਂ ਸਾਡੇ ਨਾਲ ਮੌਜੂਦ ਨੇ ਭਾਜਪੀ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗਰੇਵਾਲ ਸਾਹਿਬ ਟਕੈਤ ਸਾਹਿਬ ਅੰਬਰਸਰਾਈ ਸੀਗੇ ਉਹਨਾਂ ਨੇ ਕਿਹਾ ਵੀ ਜਿਹੜੀ ਪਹਿਲਾਂ ਹੀ ਐਮਐਸਪੀ ਦੀ ਕਮੇਟੀ ਬਣੀ ਹੋਈ ਹੈ ਉਹਦੀ ਜਿਹੜੀ ਹਦਾਇਤਾਂ ਨੇ ਉਹੀ ਲਾਗੂ ਕਰ ਦੇ ਜੀ ਗਰੰਟੀ ਦਿੱਤੀ ਗਈ ਐਮਐਸਪੀ ਦੀ ਵੀ ਨਵੀਂ ਕਮੇਟੀ ਬਣਾਉਣ ਦੀ ਲੋੜ ਨਹੀਂ ਤੁਸੀਂ ਕਿਵੇਂ ਦੇਖਦੇ ਹੋ ਮੈਸਟਰ ਨਿੰਦਰ ਸਿੰਘ ਤੋਮਰ ਜੀ ਨੇ ਅੱਜ ਘੋਸ਼ਣਾ ਕਰਤੀ ਉਹਨਾਂ ਨੂੰ ਕੀ ਪਤਾ ਕਿ ਪਹਿਲੀ ਜਿਹੜੀ ਘੋਸ਼ਣਾ ਕੀਤੀ ਹੋਈ ਹੈ ਕਮੇਟੀ ਨੇ ਟਕੈਤ ਸਾਹਿਬ ਤਾਂ ਇਸ ਤਰ੍ਹਾਂ ਕਰਦੇ ਆ ਜਿਵੇਂ ਸਰਕਾਰੀ ਉਹ ਚਲਾ ਰਹੇ ਹੁੰਦੇ ਆ ਇਹ ਜੀ ਕੋਈ ਗੱਲ ਨਹੀਂ ਔਰ ਸਰਕਾਰ ਉਹਨਾਂ ਦੀ ਹਦਾਇਤਾਂ ਨਾਲ ਥੋੜਾ ਚੱਲੇਗੀ ਅੱਜ ਨਿਰੰਦਰ ਸਿੰਘ ਤੋਮਰ ਜੀ ਨੇ ਇਹ ਘੋਸ਼ਣਾ ਕਰਤੀ ਹੈ ਕਿ ਕਿਸਾਨ ਆਗੂਆਂ ਨੂੰ ਉਸ ਕਮੇਟੀ 'ਚ ਰੱਖਿਆ ਜਾਏਗਾ ਤੇ ਜਿਹੜੇ ਜਿੰਨਾਂ ਕੋਲ ਐਕਸਪਰਟਿਜ਼ ਹੈਗੀ ਹੈ ਐਗਰੀਕਲਚਰ ਦੀ ਸਬਜੈਕਟ ਦੀ ਐਗਰੀਕਲਚਰਲ ਸਾਇੰਟਿਸਟ ਕਹ ਲਓ ਉਹਨਾਂ ਨੂੰ ਜਾਂ ਵਿਦਵਾਨ ਮਾਹਿਰ ਕਹ ਲਓ ਉਹ ਵੀ ਉਸ ਕਮੇਟੀ 'ਚ ਰਹਿਣਗੇ ਤੇ ਸਰਕਾਰ ਦੇ ਵੀ ਜਿਹੜੇ ਅਧਿਕਾਰੀ ਨੇ ਉਹ ਵੀ ਰਹਿਣਗੇ ਉਹ ਆਪਸ 'ਚ ਬੈਠ ਕੇ ਉਹਦੇ ਬਾਰੇ ਚਰਚਾ ਕਰਕੇ ਤੈਅ ਕਰ ਲੈਣਗੇ ਤੇ ਉਹਦੇ 'ਚ ਤਾਂ ਇੱਕ ਤਰ੍ਹਾਂ ਕਾਨੂੰਨ ਜਿਹੜਾ ਉਹ ਕਿਸਾਨਾਂ ਦੇ ਹੱਥੀ ਦੇਤਾ ਵੀ ਬਣਾ ਲਓ ਵੀ ਜਾਇਜ਼ ਬਣਾਉਣਾ ਕੱਲ ਨੂੰ ਕੋਈ ਗਲਤ ਬਣਾਉਂਗੇ ਤਾਂ ਕਿਸਾਨਾਂ ਨੂੰ ਜਵਾਬ ਦੇ ਵੀ ਤਾਂ ਤੁਸੀਂ ਹੋਵੋਗੇ ਕਿਸਾਨਾਂ ਕੋ ਨਾ ਤੇ ਇਸ ਕਰਕੇ ਉਹ ਤਾਂ ਕਹਿਤਾ ਉਹਨਾਂ ਨੇ ਉਹਦੇ 'ਚ ਕੀ ਦਿੱਕਤ ਆ ਇਹ ਤਾਂ ਐਵੇਂ ਅੜਚਨਾ ਨੇ ਕਦੇ ਟਕੈਤ ਸਾਹਿਬ ਕਹਿੰਦੇ ਸਾਨੂੰ ਬੁਲਾਈ ਲਾਓ ਗੱਲ ਹੀ ਕਰ ਲਓ ਗੱਲ ਉੱਥੇ ਕੀ ਕਰਨੀ ਹੈ ਗੱਲ ਕੀਤੀ ਸੀ 11 ਵਾਰ ਤੇ ਤੁਸੀਂ ਨਾ ਕੁਝ ਸਮਝਦੇ ਹੋ ਨਾ ਮੰਨਦੇ ਹੋ ਆ ਜਿਹੜੀਆਂ ਸਾਰੀਆਂ ਚੀਜ਼ਾਂ ਦੀ ਮੰਗ ਕਰ ਰਹੇ ਹੈ ਨਾ ਇਹ ਸਾਰੀਆਂ ਉਹਦੇ ਚ ਮੰਨੀਆਂ ਹੋਈਆਂ ਨੇ ਗੱਲਬਾਤ ਹੋਈ ਹੋਈ ਹੈ ਇਹਨਾਂ ਮੁੱਦਿਆਂ ਤੇ 11 ਮੀਟਿੰਗਾਂ ਸੀ ਆ ਉਹ ਚ ਮੰਨੀਆਂ ਹੋਈਆਂ ਇਹੋ ਹੀ ਹੈ ਗੱਲ ਹਮੇਸ਼ਿਆ ਹਮੇਸ਼ਾ ਜੀ ਨਾ ਗੱਲ ਹੋਈ ਸੀ ਆ ਸਟੱਬਲ ਬਰਨਿੰਗ ਦਾ ਉਹਨਾਂ ਨੇ ਉਹਦੇ ਹੀ ਕਹਤਾ ਸੀ ਵੀ ਕਿਸਾਨ ਤੇ ਨਹੀਂ ਲਾਗੂ ਕਰਾਂਗੇ ਠੀਕ ਹੈ ਤੇ ਇਹਦੇ ਬਾਰੇ ਪੰਜ ਮੈਂਬਰੀ ਕਮੇਟੀ ਬਣਾਉਣ ਨੂੰ ਕਹਤਾ ਸੀ ਤੇ ਉਸ ਵੇਲੇ ਮੰਨੇ ਨਹੀਂ ਨਾ ਲੋਂ ਦਿੱਤੇ ਉੱਠ ਕੇ ਆ ਗਏ ਤੇ ਫਿਰ ਕਹਿੰਦੇ ਸਾਡੀਆਂ ਉਹ ਗੱਲਾਂ ਤਾਂ ਮੰਨ ਲਓ ਪੁਰੀਆਂ ਉਹ ਕਿੱਦਾਂ ਮੰਨ ਲੈਣ ਇਹ ਤਾਂ ਆਪ ਦੇਰੀ ਕੀਤੀ ਆ ਆਪ ਅੰਦੋਲਨ ਖਰਾਬ ਕੀਤਾ ਆ ਆਪ ਕਿਸਾਨਾਂ ਨੂੰ ਸੜਕਾਂ ਤੇ ਬਿਠਾਇਆ ਔਰ ਉਸ ਤੋਂ ਬਾਅਦ ਇਹ ਰੌਲਾ ਪਾਉਣ ਲੱਗੇ ਸਾਡੇ ਕਿਸਾਨ ਮਾਰੇ ਗਏ ਹੱਤਿਆ ਹੋ ਗਈ ਭਈ ਇਹ ਕਿਹਨੇ ਕੀਤੀ ਐ ਕਿਸੇ ਇਹ ਕਿਸਾਨ ਆ ਗੁਦੋਸ਼ੀ ਨੇ ਉਹਦੇ ਅੱਛਾ ਹੁਣ ਉਹਦੇ ਲਈ ਵੀ ਕਹਤਾ ਵੀ ਜਿਹੜਾ ਤੁਹਾਨੂੰ ਮੁਆਵਜ਼ਾ ਦੇਣਾ ਜਾਂ ਨੌਕਰੀ ਦੇਣੀ ਆ ਉਹਨਾਂ ਨੂੰ ਕੰਪਨਸੇਟ ਕਰਨਾ ਉਸ ਕਨਸਰਨਡ ਸਟੇਟ ਗਵਰਨਮੈਂਟਸ ਨੇ ਕਰਨਾ ਜਿਹੜੀ ਜਿਹੜੀ ਸਟੇਟ ਦੇ ਸੀਗੇ ਤੇ ਉਹ ਵੀ ਗੱਲ ਹੋ ਗਈ ਉਹ ਹਰਿਆਣਾ ਵਾਲੇ ਵੀ ਆਇਡੈਂਟੀਫਾਈ ਕਰ ਰਹੇ ਆ ਪੰਜਾਬ ਵਾਲਿਆਂ ਨੇ 5-5 ਲੱਖ ਰੁਪਇਆ ਤੇ ਇੱਕ ਨੌਕਰੀ ਦੀ ਗੱਲ ਕਰਤੀ ਸੀ ਤੇ ਉਹ ਹੁਣ ਚੰਨੀ ਸਾਹਿਬ ਤੋਂ ਕਰਵਾ ਲੈਣ ਉਹਨਾਂ ਦੀ ਸਰਕਾਰ ਆ ਭਈ ਰਾਜੇਵਾਲ ਜੀ ਤਾਂ ਔਰ ਜਿਹੜੇ ਉਗਰਾਹਾ ਹੈਗੇ ਉਹ ਤਾਂ ਮੁੱਖ ਮੰਤਰੀ ਦੇ ਬਗਲ 'ਚ ਬੈਠ ਕੇ ਇਹ ਕਹਿੰਦੇ ਆ ਕਿ ਹੁਣ ਅਸੀਂ ਕਾਂਗਰਸ ਨੂੰ ਕਰਾਉ ਨਹੀਂ ਕਰਨਾ ਹਾਲਾਂਕਿ ਉਹਨਾਂ ਨੇ ਜਿਹੜਾ 90000 ਕਰੋੜ ਦੇ ਕਰਜ਼ੇ ਦੀ ਗੱਲ ਕੀਤੀ ਸੀ ਮਾਫ ਕਰਨ ਦੀ ਉਹਦੀ ਹੁਣ ਗੱਲ ਪੁਰ ਲੱਗੇ ਨੇ ਮੈਂ ਉਹਨਾਂ ਨੂੰ ਕਈ ਵਾਰ ਸਵਾਲ ਕੀਤਾ ਮੈਂ ਕਿਹਾ ਵੀ ਹੁਣ ਉਹ ਅੰਦੋਲਨ ਵੀ ਚਲਾ ਲਓ ਆ ਕੇ ਉਹ ਵੀ ਗੱਲ ਕਰ ਲਓ ਉਹ ਕਰਨਾ ਨਹੀਂ ਚਾਹੁੰਦੇ ਤੇ ਚਲੋ ਉਹ ਉਹਨਾਂ ਦਾ ਕੰਮ ਅਸੀਂ ਨਹੀਂ ਕਹਿੰਦੇ ਕਿ ਜ਼ਰੂਰ ਅੰਦੋਲਨ ਚਲਾਓ ਤੁਸੀਂ ਪਰ ਮੈਂ ਸਮਝਦਾ ਕਿ ਇਹ ਇਹਨਾਂ ਦੇ ਸੋਚਣ ਦਾ ਤਰੀਕਾ ਹੈਗਾ ਬਾਕੀ ਭਾਰਤ ਸਰਕਾਰ ਨੇ ਮੋਦੀ ਜੀ ਨੇ ਸਾਰਾ ਕੁਝ ਕਰਤਾ ਜੋ ਕਰਨਾ ਸੀ ਕਹਿਤਾ ਸਭ ਕੁਝ ਹੁਣ ਤਾਂ ਐਵੇਂ ਖਾਮ ਖਾਦਾ ਸੜਕਾਂ ਤੇ ਬਿਠਾ ਕੇ ਉਹਨਾਂ ਨੂੰ ਬੈਠੇ ਆ ਤੇ ਮੈਨੂੰ ਨਹੀਂ ਸਮਝਦਾ ਵੀ ਇਹਦੀ ਕੋਈ ਜ਼ਰੂਰਤ ਹੈਗੀ ਆ ਤੇ ਬਾਕੀ ਲੋਕਾਂ ਨੇ ਆਪਣੇ ਆਪ ਸਮਝ ਜਾਣਾ ਇਹ ਤਾਂ ਇਹਨਾਂ ਨੂੰ ਜਿਹੜੇ ਕਿਸਾਨ ਆਗੂ ਨੇ ਨਾ ਇਹਨਾਂ ਨੂੰ ਸਿੱਧੇ ਰਾਤੇ ਪੰਜਾਬ ਦੇ ਲੋਕ ਹੀ ਲੈ ਕੇ ਆਉਣਗੇ ਇਹ ਨਹੀਂ ਹੁੰਦੇ ਇਹ ਤਾਂ ਹੁਣ ਆਨੰਦ ਚਨਾਇਆ ਇਸ ਵੇਲੇ ਉੱਥੇ ਅੰਦੋਲਨ ਦੇਣਾਂ ਨਹੀਂ ਚਾਹੇ ਔਰ ਰਾਜੇਵਾਲ ਜੀ ਤਾਂ ਉਹਨਾਂ ਨੂੰ ਬੋਲਣ ਦਾ ਤਰੀਕਾ ਵੀ ਭੁੱਲ ਗਿਆ ਹੰਕਾਰ ਬਹੁਤ ਆ ਗਿਆ ਕਦੇ ਮੇਰੇ ਬਾਰੇ ਗੱਲ ਕਰ ਉਹ ਕੱਟਿਆ ਆਦਮੀ ਹੈ ਦੱਸ ਤੇਰਾ ਮੈਂ ਕੀ ਕੱਟਿਆ ਕਰਤਾ ਤੇਰੀ ਕੋ ਚੋਰੀ ਕਰ ਲਈ ਉਹਨੂੰ ਪੁੱਛੇ ਕੋਈ ਹੈ ਮੈਂ ਆਪਦੀ ਪਾਰਟੀ ਦੀ ਗੱਲ ਕਹਿਣਾ ਔਰ ਆਪਦੇ ਪ੍ਰਧਾਨ ਮੰਤਰੀ ਦੀ ਗੱਲ ਕਹਿਣਾ ਆਪਦੀ ਸਰਕਾਰ ਦੀ ਗੱਲ ਕਹਿਣਾ ਤੇ ਮੈਂ ਆਪਦੀ ਪਾਰਟੀ ਦੀ ਗੱਲ ਬਣਾ ਰੱਖਾਂ ਸਾਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਤੈਨੂੰ ਹੀ ਇਕੱਲੇ ਨੂੰ ਦੇ ਗਿਆ ਡੈਮੋਕ੍ਰੇਸੀ ਤੇਰੇ ਲਈ ਹੈ ਸਾਡੇ ਲਈ ਨਹੀਂ ਹੈ ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦੀ ਇੱਕ ਦੂਜੇ ਨੂੰ ਪਾਸ਼ਾ ਬੋਲਣੀ ਚਾਹੀਦੀ ਆ ਜਾਂ ਇਸ ਤਰ੍ਹਾਂ ਦੀ ਜੇ ਕੋਈ ਗੱਲ ਕਹਿਣੀ ਵੀ ਹੈ ਤਾਂ ਸਭੇ ਪਾਸ਼ਾ ਚ ਕਹਿ ਦੋ ਕਲਚਰ ਦੇ ਪਾਸ਼ਾ ਚ ਕਹਿ ਦੋ ਤੇ ਜਿਸ ਤਰ੍ਹਾਂ ਦੀ ਉਹ ਗੱਲਾਂ ਕਰਦੇ ਨੇ ਤੇ ਮੈਂ ਸਮਝਦਾ ਕਿ ਜਲਦੀ ਚ ਹੋ ਮੁੱਖ ਮੰਤਰੀ ਦੀ ਫੀਲ ਲੈ ਰਹੇ ਆ ਔਰ ਆ ਜਾਣ ਚੋਣਾਂ ਲੜ ਲੈਣ ਮੈਂ ਤਾਂ ਕਹਿਣਾ ਲੜਨ ਅਸੀਂ ਤਾਂ ਚੋਣੇ ਆ ਕਿ ਜਿਹੜੇ ਕਿਸਾਨ ਲੀਡਰ ਆ ਕੇ ਚੋਣਾ ਲੜਨ ਹੁਣ ਇਹਨਾਂ ਨੂੰ ਪਤਾ ਲੱਗ ਜਾਏ ਉਹਨਾਂ ਦੀ ਪਪੂਲਾਰਿਟੀ ਕੀ ਹੈ ਆ ਦੋ ਚਾਰ ਦਿਨਾਂ ਚ ਹੀ ਲੋਕਾਂ ਨੇ ਦੱਸ ਦੇਣਾ ਸਾਰਾ ਕੁਝ ਜੇ ਇਹਨਾਂ ਨੇ ਇਹ ਅੰਦੋਲਨ ਵਾਪਸ ਨਾ ਲਿਆ ਤਾਂ ਇਹਨਾਂ ਨੂੰ ਪਬਲਿਕ ਦੱਸੂਗੀ ਇਹ ਸਰਕਾਰ ਤੋਂ ਨਹੀਂ ਮੰਨਣ ਵਾਲੇ ਪਬਲਿਕ ਤੋਂ ਮੰਨਣਗੇ ਜੋ ਕਾਮਰੇਡ ਜਿਹੜੇ ਹੁੰਦੇ ਨੇ ਜੀ ਉਹ ਜਿਹੜੀ ਫੈਕਟਰੀ ਤੇ ਝੰਡਾ ਲਾਉਂਦੇ ਆ ਉਹ ਬੰਦ ਕਰਾ ਕੇ ਜਾਂਦੇ ਆ ਇਹ ਨੁਕਸਾਨ ਕਰਦੇ ਆ ਔਰ ਸਿੱਧੇ ਰਾਹ ਨਹੀਂ ਚੱਲਦੇ ਤੇ ਇਸ ਕਰਕੇ ਹੁਣ ਦੱਸੋ ਇਹ ਜਿਹੜਾ ਜੋਗਿੰਦਰ ਜਾਦਾਵ ਉਹਦਾ ਕੀ ਮਤਲਬ ਹੈ ਇਹਦੇ ਵਿੱਚ ਚਲੋ ਟੁਕੈਤ ਤਾਂ ਫਿਰ ਵੀ ਕਿਸਾਨ ਪਰਿਵਾਰ ਚੋਂ ਤੇ ਇਹ ਹਨਨ ਮੋਲਾ ਕਵਿਤਾ ਇਹ ਕਿਹੜੇ ਕਿਸਾਨ ਨੇ ਜੀ ਕੀ ਇਹਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਮਤਲਬ ਆ ਆ ਐਮ ਐਸ ਪੀ ਦਾ ਕਾਨੂੰਨ ਬਣਾ ਲੈਣਗੇ ਤੁਸੀਂ ਦੇਖ ਲਿਓ ਪੰਜਾਬ ਦੇ ਕਿਸਾਨ ਦਾ ਨੁਕਸਾਨ ਕਰਨਗੇ ਬਹੁਤ ਵੱਡਾ ਤੇ ਚਲੋ ਇਹਨਾਂ ਦੀ ਇੱਛਾ ਹੈਗੀ ਹੈ ਤੇ ਉਹ ਉਸ ਵੇਲੇ ਉਹ ਵੀ ਗੱਲਾਂ ਦੱਸਾਂਗੇ ਕੀ ਕਰਨੀਆਂ ਚਾਹੀਦੀਆਂ ਸੀ ਕੀ ਹੋਣੀਆਂ ਚਾਹੀਦੀਆਂ ਸੀ ਕਿਉਂ ਨਹੀਂ ਕੀਤੀਆਂ ਗਈਆਂ ਪਰ ਜੇ ਕਿਸਾਨ ਚੌਣ ਮੈਦਾਨ 'ਚ ਨਿਤਰਦੇ ਨੇ ਆਉਂਦੇ ਨੇ ਆ ਭਾਜਪਾ ਸੋਸ਼ਾ ਦੀ ਨਾਲ ਗੱਠ ਜੋੜਦਾ ਆਲਾਈਂਸ ਦਾ ਹਾਲਾਂਕਿ ਉਹਨਾਂ ਦਾ ਵੀ ਵੋਟ ਬੈਂਕ ਹੈਗਾ ਉਹਨਾਂ ਕੋਲੇ ਵੀ ਵੋਟਾਂ ਹੋਣਗੀਆਂ ਹੀ ਚਲੋ ਇੱਕ ਪੂਰਾ ਵਰਗ ਹੋ ਸਕਦਾ ਤਾਂ ਭਾਜਪਾ ਸੋ ਹੋ ਸਕਦੀ ਹੈ ਵੀ ਉਹਨਾਂ ਨਾਲ ਆਲਾਈਂਸ ਦਾ ਜਾਂ ਕੁਝ ਹੋਰ ਨਹੀਂ ਸਾਡਾ ਕੋਈ ਗੱਠ ਜੋੜ ਨਹੀਂ ਕਿਸੇ ਨਾਲ ਤੇ ਕੋਈ ਆਲਾਈਂਸ ਨਹੀਂ ਅਸੀਂ ਇਹਨਾਂ ਨਾਲ ਕਰਨਾ ਤੇ ਜਿਨ੍ਹਾਂ ਨੂੰ ਸਾਡੇ ਪ੍ਰਧਾਨ ਮੰਤਰੀ ਦੀ ਰਿਸਪੈਕਟ ਨਹੀਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈ ਇੱਜ਼ਤ ਨਾਲ ਨਹੀਂ ਬੋਲਦੇ ਜਿਨ੍ਹਾਂ ਨੂੰ ਬੋਲਣ ਦਾ ਹੀ ਪਤਾ ਨਹੀਂ ਹੈ ਉਹਨਾਂ ਨਾਲ ਕਾਦੇ ਗੱਠ ਜੋੜ ਉਹ ਡੈਮੋਕਰੇਟ ਡੈਮੋক্রেটিক ਵਿਵਹਾਰ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਕਾਦਾ ਘੱਟ ਜਾਓ ਉਹਨਾਂ ਨੂੰ ਕਰਨ ਦੇ ਉਹਨਾਂ ਨੂੰ ਲੋਕ ਜਵਾਬ ਦੇਣਗੇ ਸਮਾਜ ਜਵਾਬ ਦਿੰਦਾ ਹੁੰਦਾ ਠੀਕ ਹੈ ਨਾ ਸਰਵੋਤ ਸਾਬ ਉਹ ਜਿਵੇਂ ਹੁਣ ਵੀ ਜੇ ਸਪੀਚਾਂ ਆ ਰਹੀਆਂ ਸੀ ਸਟੇਜ ਤੋਂ ਬੋਲ ਰਹੇ ਸਾਰੇ ਜਨ ਇਹ ਕਹਿ ਰਹੇ ਜੀ ਸਾਨੂੰ ਬਦਨਾਮ ਕੀਤਾ ਗਿਆ ਸਾਨੂੰ ਵੱਖ-ਵੱਖ ਨਾਮਾਂ ਤੋਂ ਲਿਆ ਗਿਆ ਉਹ ਕੇਂਦਰ ਸਰਕਾਰ ਦੇ ਮੰਤਰੀ ਹੋਣ ਪ੍ਰਧਾਨ ਮੰਤਰੀ ਹੋਣ ਸਾਰਿਆਂ ਦੇ ਉੱਤੇ ਇਹ ਦੋਸ਼ ਕਿਸਾਨ ਲਾਉਂਦੇ ਨੇ ਕਿਸਾਨ ਲੀਡਰ ਲਾਉਂਦੇ ਨੇ ਵੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਸਾਨੂੰ ਮੰਦਾ ਬੋਲਦੇ ਰਹੇ ਨੇ ਮੰਦੀ ਸਾਡੇ ਖਿਲਾਫ ਵਧੀਆ ਭਾਸ਼ਾ ਯੂਜ਼ ਨਹੀਂ ਕੀਤੀ ਦੇਖੋ ਮੇਰੀ ਗੱਲ ਸੁਣੋ ਜੀ ਕਿਸਾਨ ਜਿਹੜਾ ਸੜਕਾਂ ਤੇ ਬੈਠਾ ਸੀ ਸੀ ਹਮੇਸ਼ਾ ਇਹ ਗੱਲ ਕਹੀ ਹੈ ਉਹ ਜੈਨੂਨ ਕਿਸਾਨ ਸੀ ਉਹਨੂੰ ਇਹ ਕਹਿ ਕੇ ਲੱਗੇ ਸੀ ਤੇਰੀਆਂ ਜ਼ਮੀਨਾਂ ਖੋ ਲੈਣੀਆਂ ਨੇ ਅਡਾਨੀਆਂ ਬਾਨੀਆਂ ਨੂੰ ਦੇ ਦੇਣੀਆਂ ਨੇ ਨਾ ਕਿਸੇ ਨੇ ਖੋਹੀ ਸੀ ਜ਼ਮੀਨ ਨਾ ਖੋਣੀ ਸੀ ਉਹ ਤਾਂ ਮਰਨ ਮਰਨ ਤੇ ਉਹ ਕਿ ਆ ਗਿਆ ਜੈਨੂਨ ਕਿਸਾਨ ਸੀ ਜਿਹੜਾ ਸੜਕ ਤੇ ਬੈਠਾ ਸੀ ਜਿਹੜੇ ਇੱਕ ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਸੀ ਜਥੇਬੰਦੀਆਂ ਨੇ 4-5 ਲੱਖ ਕਿਸਾਨ ਜਿਹੜੇ ਆਰਗੇਨਾਈਜ਼ ਕਰ ਲਏ ਠੀਕ ਹੈ ਉਹ ਜਥੇਬੰਦੀਆਂ ਵਾਲੇ ਲੋਕ ਅਲੱਗ-ਅਲੱਗ ਸਿਆਸੀ ਵਿਚਾਰਧਾਰਾ ਤੋਂ ਪ੍ਰੇਰਿਤ ਸੀਗੇ ਜਿਸ ਤਰ੍ਹਾਂ ਹੁਣ ਕਾਮਰੇਡ ਦਰਸ਼ਨਪਾਲ ਇਹ ਨੋਨ ਨਕਸਲਾਈਟ ਹੈ ਜੀ फाउंडर मेंबर ਹੈ ਉਹਨਾਂ ਦਾ ਠੀਕ ਹੈ ਇਹ जोगेंद्र যাদਬਾ ਹੈ ਕੀ ਹੈ ਇਹ ਤਾਂ ਕਿਸਾਨ ਵੀ ਨਹੀਂ ਹੈ ਕਿਸਾਨ ਲੀਡਰ ਵੀ ਨਹੀਂ ਹੈ ਪਰ ਉੱਥੇ ਫਸਿਆ ਬੈਠਾ ਕਵਿਤਾ ਅਰਬਨ ਨਕਸਲਾਈਟ ਨੇ ਹਨਨ ਮੌਲਾ ਤਾਂ ਕਮਿਊਨਿਸਟ ਐਮਪੀ ਹੈ ਉਹ ਕਮਿਊਨਿਸਟ ਐਮਪੀ ਹੈ ਤੇ ਉਹ ਕੌਣ ਮਨਾ ਕਰੇਗਾ ਆਗਰਾ ਹਾਂ ਇਹਦੀ ਜੱਥੇਬੰਦੀ ਜਿਹੜੀ ਹੈ ਜੱਥੇਬੰਦੀ ਵਾਲੇ ਜਿਹੜੇ ਕਿਸਾਨ ਨੇ ਉਹਦੇ ਚ ਉਹ ਵੀ ਜੈਨੂਨ ਨੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਉਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦੀ ਵਿਚਾਰਧਾਰਾ ਕੀ ਆ ਪਰ ਉਹ ਗ੍ਰਾਹਾਂ ਦੀ ਵਿਚਾਰਧਾਰਾ ਜਿਹੜੀ ਆ ਉਹ ਵੀ ਕਮਿਊਨਿਸਟ ਪਾਰਟੀ ਮਾਰਕਸਿਸਟ ਲੈਨਨਿਸਟ ਨਾਗਿਰੇਡੀ ਗਰੁੱਪ ਨਾਗਿਰੇਡੀ ਆਂਧਰਾ ਦੇ ਹੋਏ ਆ ਉਹ ਮਾਓਵਾਦੀ ਸੀ ਉਸ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਆ ਤੇ ਇਸ ਕਰਕੇ ਜੇ ਉਹਦੇ 'ਚ ਕਹਿ ਵੀ ਦਿਓ ਜਿਹਦੀ ਜੋ ਵਿਚਾਰਧਾਰਾ ਉਹਦੇ ਬਾਰੇ ਕਹਿ ਦਿਓ ਤਾਂ ਮੈਂ ਤੁਹਾਨੂੰ ਸਾਰੇ ਕਿਸਾਨਾਂ ਨੂੰ ਕਹਤਾ ਇਹ ਇਹਨਾਂ ਨੂੰ ਕੋਈ ਗੱਲ ਕਹਦੇ ਹੋ ਅੱਜ ਇਹ ਕਿਸਾਨਾਂ ਨੂੰ ਕਹਦੇ ਆ ਬਈ ਤੁਹਾਨੂੰ ਕਹਨੇ ਆ ਕੋਠੀਆਂ ਤੁਸੀਂ ਬਣਾਈਆਂ ਬੰਗਲੋ ਤੁਸੀਂ ਬਣਾਏ bizness ਤੁਸੀਂ ਬਣਾਏ ਇੱਕ ਆਮ ਕਿਸਾਨ ਨੇ ਕੀ ਬਣਾਇਆ ਉਹ ਤਾਂ ਆਪਣੀ ਜ਼ਮੀਨ ਹੋਰ ਵੇਚ ਲੂਗਾ ਅੱਧਾ ਕਿਲਾ ਹੋਰ ਵੇਚ ਲੂਗਾ ਉੱਥੇ ਸੜਕ ਤੇ ਬੈਠਣ ਕਰਕੇ ਆਪਣੀ ਜ਼ਮੀਨ ਖੇਤੀ ਹਲ ਧਿਆਨ ਨਹੀਂ ਦੇ ਸਕਿਆ ਰੋਟੀ ਪਾਣੀ ਤੋਂ ਬੇਕਾਰ ਹੋਊਗਾ ਉਹਦਾ ਤਾਂ ਨੁਕਸਾਨ ਹੋਇਆ ਇਹਨਾਂ ਦਾ ਫਾਇਦਾ ਹੋਇਆ ਲੀਡਰਾਂ ਦਾ ਤੇ ਜੇ ਇਹ ਗੱਲ ਕਹਨੇ ਤੇ ਆਮ ਕਿਸਾਨ ਨੂੰ ਕਹਨੇ ਤੇ ਉਹ ਇਹਨਾਂ ਚੀਜ਼ਾਂ ਨੂੰ ਮਤਲਬ ਉਹ ਕਹਿੰਦੇ ਸਾਡੇ ਬਾਰੇ ਬੋਲੋ ਵੀ ਨਾ ਸਾਡੀ ਗਲਤੀ ਵੀ ਨਾ ਦੱਸੋ ਸਾਨੂੰ ਕਹੋ ਵੀ ਨਾ ਉਹ ਜੋ ਮਰਜੀ ਭਾਸ਼ਾ ਕਿਸੇ ਨੂੰ ਵਰਤਣ ਜੋ ਮਰਜੀ ਹਮਲੇ ਕਰਦੇ ਨੇ ਤੇ ਇਸ ਕਰਕੇ ਲੋਕਾਂ ਨੂੰ ਕਹਿੰਦੇ ਜੀ ਸਾਡਾ ਅੰਦੋਲਨ ਸ਼ਾਂਤਮਈ ਸੀ ਤੇ ਇਸ ਕਰਕੇ ਜੇ ਕੋਈ ਅਫਸਰ ਰੋਕਦਾ ਸੀ ਤੇ ਉਹਦੇ ਚ ਉਹਦੇ ਖਿਲਾਫ ਲੱਗਦੇ ਸੀਗੇ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋਈਆਂ ਨੇ ਇਹਦੇ ਚ ਇਹ ਮੈਂ ਮੰਨਦਾ ਕਿ ਇਹਦੇ ਚ ਇਹਨਾਂ ਲੋਕਾਂ ਦਾ ਹੱਥ ਸੀ ਸਾਰਿਆਂ ਦਾ ਕਾਂਗਰਸ ਦਾ ਬਰਾਬਰ ਹੱਥ ਸੀ ਪੰਜਾਬ ਸਰਕਾਰ ਦਾ ਕੋਸ਼ਵਲੇ ਚਾਹੇ ਕੈਪਟਨ ਅਮਿੰਦਰ ਅਜੀ ਸਰਕਾਰ ਸੀ ਚਾਹੇ ਚੰਨੀ ਦੀ ਹੈ ਜਿਸ ਤਰ੍ਹਾਂ ਦੀਆਂ ਇਹ ਗੱਲਾਂ ਕਰਦੇ ਨੇ ਇਹਨਾਂ ਦਾ ਬਰਾਬਰ ਹੱਸੀ ਇਸ ਅੰਦੋਲਨ ਨੂੰ ਚਲਾਉਣ ਚ ਤੇ ਮੈਂ ਸਮਝਦਾ ਕਿ ਇਹ ਦੋਸ਼ੀ ਨੇ ਪੰਜਾਬ ਦੇ ਜਿਹੜਾ ਪੰਜਾਬ ਦਾ ਵਿਕਾਸ ਰੁਕਿਆ ਜਿਹੜੀ ਪੰਜਾਬ ਦੀ ਇਨਵੈਸਟਮੈਂਟ ਚਲੀ ਗਈ ਜਿਹੜੀ ਪੰਜਾਬ ਚੋਂ ਇੰਡਸਟਰੀ ਪਲਾਨ ਕਰ ਗਈ ਜਿਹੜੀ ਨਵੀਂ ਇੰਡਸਟਰੀ ਆਈ ਨਹੀਂ ਨਵੀਂ ਇਨਵੈਸਟਮੈਂਟ ਆਈ ਨਹੀਂ ਉਹਦੇ ਦੋਸ਼ੀ ਕਾਂਗਰਸ ਹੈਗੀ ਆ ਔਰ ਨਾਲ ਨਾਲ ਹੁਣ ਬਾਅਦ ਚ ਆਮ ਆਦਮੀ ਪਾਰਟੀ ਕਮਿਊਨਿਸਟਾਂ ਉਹਨਾਂ ਚ ਸੀ ਗਈ ਤੇ ਅਕਾਲੀ ਦਲ ਵੀ ਮਰ ਗਿਆ ਪਰ ਅਕਾਲੀ ਦਲ ਨੂੰ ਦਾ ਸਬਕ ਉਹਨਾਂ ਨੇ ਦਿੱਤਾ ਠੀਕ ਹੈ ਦਾੜੀਆਂ ਪੱਟ ਕੇ ਉੱਥੇ ਟੰਗੀਆਂ ਪਈਆਂ ਸੀ ਬਾਰਡਰ ਤੇ ਜਿਹੜੇ ਸਾਡੇ ਲੋਕ ਉਂਗਲਾਂ ਕਰਦੇ ਹੁੰਦੇ ਸੀ ਤੇ ਹੁਣ ਮੈਂ ਮੈਂ ਉਸ ਚੀਜ਼ ਨੂੰ ਵੀ ਬੁਰਾ ਮੰਨਦਾ ਕਿ ਜਿਹੜਾ ਉਹਨਾਂ ਨਾਲ ਵੀ ਗਲਤ ਹੋਇਆ ਕਿਸੇ ਨਾਲ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਕੁਟਾਈ ਹੋਵੇ ਹਾਲਾਂਕਿ ਸਭ ਤੋਂ ਗਲਤ ਪਾਰਟੀ ਹੈ ਮੈਂ ਕਹੂੰਗਾ ਨਹੀਂ ਇਹ ਬੁਰਾ ਡੈਮੋਕ੍ਰੇਸੀ ਤੁਸੀਂ ਕਹੋ ਜੋ ਕਹਿਣਾ ਜੋ ਗੱਲ ਆ ਉਹਨੂੰ ਤੇ ਇਲਜ਼ਾਮ ਲਾਉਣੇ ਲਾਓ ਲੋਕ ਦੇਖਣਗੇ ਕਿ ਇਲਜ਼ਾਮ ਨੇ ਅਸੀਂ ਕਿਉਂ ਮਾਰਾ ਮਾਰੀ ਕਰੀਏ ਕੋਈ ਡੈਮੋਕ੍ਰੇਸੀ ਦਾ ਥੋੜਾ ਚੱਲਦੀ ਹੈ ਇਹਨਾਂ ਕਰਕੇ ਮੈਂ ਸਮਝਦਾ ਕਿ ਬਹੁਤ ਬੁਰਾ ਹੋਇਆ ਔਰ ਇੱਕ ਬੁਰਾ ਅਧਿਆਇ ਸੀ ਜਿਹੜਾ ਨਿਕਲਿਆ ਜਿਹੜਾ ਪ੍ਰਧਾਨ ਮੰਤਰੀ ਦੀ ਸੂਝ-ਬੂਝ ਨਾਲ ਜਿਹੜਾ ਇਹ ਮੈਂ ਸਮਝਦਾ ਕਿ ਇਹਦਾ ਅੰਤ ਹੋ ਸਕਦਾ ਤੇ ਅਜੇ ਵੀ ਇਹਨਾਂ ਨੇ ਉਹਨਾਂ ਚੱਲ ਨਹੀਂ ਕਰਨਾ ਜਦੋਂ ਤੱਕ ਲੋਕ ਨਹੀਂ ਇਹਨਾਂ ਨੂੰ ਖੜੇ ਹੋ ਜਾਂਦੇ ਪਹਿਲੀ ਕਰਦੇ ਤੁਹਾਨੂੰ ਵੀ ਜਿਹੜੇ ਅਜੇ ਵੀ ਕਿਸਾਨ ਜਥੇਬੰਦੀਆਂ ਨੇ ਜਾਂ ਉੱਥੇ ਸਿੱਖਤ ਕਿਸਾਨ ਮੋਰਚਾ ਹਜੇ ਵੀ ਉੱਥੇ ਹੀ ਰਹੂਗਾ ਵਾਪਸ ਨਹੀਂ ਆਉਂਦੇਗੇ ਵਾਪਸ ਨਹੀਂ ਆਉਂਦੇ ਜਿੱਥੋਂ ਤੱਕ ਉਹਨਾਂ ਦੀ ਚੱਲੇਗੀ ਰੁਕਣਗੇ ਮੈਨੂੰ ਜੋ ਲੱਗਦਾ ਮੈਂ ਮੈਂ ਤਾਂ ਚਾਹੁੰਨਾ ਕਿ ਵੀ ਆ ਜਾਣ ਵਾਪਸ ਅੰਦੋਲਨ ਖਤਮ ਹੋ ਜੇ ਪਰ ਇਹਨਾਂ ਦੀ ਮਨਸ਼ਾ ਨਹੀਂ ਮੈਨੂੰ ਲੱਗਦੀ ਕਿਉਂਕਿ ਕਾਂਗਰਸ ਵੀ ਪਿੱਛੇ ਪੈਸਾ ਲਾਉਂਦੀ ਰਹੀ ਹੈ ਨਾ ਜਿਨ੍ਹਾਂ ਦੇ ਪੈਸੇ ਲੱਗੇ ਹੋਏ ਨੇ ਉਹ ਜਿਹੜੇ ਜਿਹੜੇ ਜਿਹੜੀਆਂ ਜਿਹੜੀਆਂ ਤਾਕਤਾਂ ਨੇ ਉਹ ਨਹੀਂ ਚਾਹੁੰਦੀਆਂ ਉਹਨਾਂ ਨੂੰ ਲੱਗਦਾ ਕਿ ਇਸ ਤਾਂ ਮਰ ਗਏ ਸਾਡਾ ਤਾਂ ਮੁੱਦਾ ਹੀ ਚਲਾ ਗਿਆ ਉਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੈ ਠੀਕ ਹੈ ਨਾ ਗੱਲ ਇਸ ਕਰਕੇ ਉਹ ਨਹੀਂ ਹੁਣ ਦਿੰਦੇ ਉਹਨਾਂ ਤੋਂ ਜਿਹੜੇ ਪ੍ਰਭਾਵਿਤ ਨੇ ਉਹ ਕਿੱਦਾਂ ਕਰਨਗੇ ਜੇ ਕੋਈ ਐਮਐਲਏ ਬਣਨਾ ਚਾਹੁੰਦਾ ਕੋਈ ਐਮਪੀ ਬਣਨਾ ਚਾਹੁੰਦਾ ਕੋਈ ਕਾਂਗਰਸ ਤੋਂ ਚਾਹੁੰਦਾ ਕੋਈ ਆਮ ਆਦਮੀ ਦਾ ਮੁੱਖ ਮੰਤਰੀ ਦਾ ਉਮੀਦਵਾਰ ਬਣਨਾ ਚਾਹੁੰਦਾ ਤੇ ਉਹਨਾਂ ਦਾ ਕੀ ਕਰੀਏ ਕਿਸਾਨ ਤਾਂ ਨਹੀਂ ਉਹ ਕਹਿੰਦਾ ਕਰਨ ਉਹ ਕਿਸਾਨ ਕਦੇ ਦੇਖੋ ਇੱਕ ਤਾਂ ਕਿਸਾਨ ਸ਼ਾਂਤਮਈ ਹੁੰਦਾ ਦੂਜਾ ਕਿਸਾਨ ਨੂੰ ਦੇਸ਼ ਨਾਲ ਵੀ ਪ੍ਰੇਮ ਉਹ ਨਹੀਂ ਚਾਹੁੰਦਾ ਹੈਗਾ ਉਹਨੂੰ ਤਾਂ ਮਜਬੂਰੀ ਜਦੋਂ ਤੁਸੀਂ ਕਹਿ ਦਿਓ ਕਿ ਤੇਰੀ ਜ਼ਮੀਨ ਹੀ ਕੋ ਲੈਣੀ ਆ ਤੇ ਉਹ ਤਾਂ ਮਾਰ-ਮਾਰੀ ਕਰੂਗਾ ਹੀ ਨਾ ਉਹਨੂੰ ਅਸੀਂ ਦੋਸ਼ ਦਈਏ ਉਹ ਠੀਕ ਨਹੀਂ ਹੈ ਪਰ ਤੁਸੀਂ ਬਹੁਤ ਜ਼ਿਆਦਾ ਸਖਤ ਸਟੈਂਡ ਲਿਆ ਸੀ ਬਿਲਾ ਦੇ ਹੱਕ ਤੁਸੀਂ ਕਿਹਾ ਸੀ ਇਹ ਬਿਲ ਬਹੁਤ ਚੰਗੇ ਨੇ ਆਉਣੇ ਚਾਹੀਦੇ ਨੇ ਪਰ ਜਰ ਜਿੱਦਨ ਵਾਪਸ ਲੈ ਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਤੁਹਾਨੂੰ ਲੱਗਿਆ ਵੀ ਇਹ ਫੈਸਲਾ ਸਹੀ ਲਿਆ ਗਿਆ ਹੈਗਾ ਤੁਹਾਨੂੰ ਲੱਗਿਆ ਵੀ ਇਹ ਨਹੀਂ ਵਾਪਸ ਹੋਣੇ ਚਾਹੀਦੇ ਸੀ ਸਾਡੇ ਬਿਲ ਮੈਂ ਅੱਜ ਵੀ ਕਹਿੰਦਾ ਸਾਡੇ ਬਿਲ ਬਹੁਤ ਅੱਛੇ ਸੀ ਕਿਸਾਨ ਹਿੱਤ ਸੀ ਇਹ ਜਿਹੜੇ ਪ੍ਰਧਾਨ ਮੰਤਰੀ ਵੀ ਸਾਡੇ ਕਿਸਾਨ ਨੇ ਉਹ ਕਦੇ ਗਲਤ ਕੰਮ ਐਜਾ ਕਰਦਾ ਹੀ ਨਹੀਂ ਵੈਸੇ ਕੋਈ ਵੀ ਸਰਕਾਰ ਹੋਵੇ ਇਸ ਦੇਸ਼ 'ਚੋਂ ਕਿਸਾਨ ਦੇ ਖਿਲਾਫ ਫੈਸਲਾ ਨਹੀਂ ਕਰ ਸਕਦੀ ਜੇ ਫੈਸਲਾ ਕਰੂਗੀ ਤਾਂ ਸਾਡੀ ਇਕਨੋਮੀ ਜਿਹੜੀ ਹੈ ਉਹੀ ਕੋਲੈਪਸ ਹੋ ਜੂਗੀ ਅਗਰੇਨੀਅਨ ਬੇਸਡ ਇਕਨੋਮੀ ਹੈ ਜੇ ਕਿਸਾਨ ਔਰ ਖੇਤ ਮਜ਼ਦੂਰ ਸਭ ਤੋਂ ਵੱਡਾ ਕੰਜ਼ੂਮਰ ਹੈ ਖੇਤੀ ਦੇ ਆਧਾਰਤ ਲੋਕ ਦੇਸ਼ 24 ਕਰੋੜ ਨੇ ਜੇ ਉਹਨਾਂ ਦੀ ਜੇਬ 'ਚ ਪੈਸਾ ਨਹੀਂ ਹੋਏਗਾ ਤਾਂ ਦੁਕਾਨਦਾਰ ਦੀ ਦੁਕਾਨ ਨਹੀਂ ਚੱਲਣੀ ਜਦੋਂ ਦੁਕਾਨਦਾਰ ਦੀ ਦੁਕਾਨ ਨਹੀਂ ਚੱਲਣੀ ਉਹਦਾ ਮਾਲ ਨਹੀਂ ਵਿਕਣਾ ਤਾਂ ਕਾਰਖਾਨੇਦਾਰ ਦਾ ਮਾਲ ਨਹੀਂ ਵਿਕਣਾ ਕਾਰਖਾਨੇ ਵੀ ਬੰਦ ਦੁਕਾਨਾਂ ਵੀ ਬੰਦ ਤੇ ਉਹਦੇ ਨਾਲ ਸਾਰੀ ਸਾਡੀ ਇਕਨੋਮੀ ਜਿਹੜੀ ਆ ਖਤਮ ਹੋ ਜਾਂਦੀ ਹੈ ਤਾਂ ਇਸ ਕਰਕੇ ਕਿਸਾਨ ਦੀ ਜੇਬ 'ਚ ਪੈਸਾ ਹੋਵੇ ਖੇਤ ਮਜ਼ਦੂਰ ਦੀ ਜੇਬ 'ਚ ਪੈਸਾ ਹੋਵੇ ਉਹ ਜ਼ਰੂਰੀ ਆ ਹਰ ਸਰਕਾਰ ਸੋਚਦੀ ਆ ਕਾਨੂੰਨ ਬਣਾਉਂਦੇ ਹੋਏ ਸੋਚਣਾ ਪਊਗਾ ਸਾਡੇ ਪ੍ਰਧਾਨ ਮੰਤਰੀ ਉਸ ਤੋਂ ਜ਼ਿਆਦਾ ਸੋਚਦੇ ਆ ਪਰ ਜਦੋਂ ਦੇਖਿਆ ਇਹ ਕੀ ਬਣਾਉਣ ਲੱਗੇ ਸੀ ਪਹਿਲਾਂ ਤਾਂ ਸਿੱਖ ਵਰਸਸ ਸਰਕਾਰ ਅੰਦੋਲਨ ਹੀ ਇਹ ਬਣਾ ਰਹੇ ਸੀ ਔਰ ਸਾਡੀ ਸਰਕਾਰ ਨੂੰ ਸਿੱਖਾਂ ਦਾ ਕਾਤਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ 26 ਜਨਵਰੀ ਨੂੰ ਕੀ ਹੋਇਆ ਸੀ ਤਾਂ ਹੋਇਆ ਉਹ ਤਾਂ ਮੋਦੀ ਜੀ ਹਮੇਸ਼ਾ ਔਰ ਸਾਡੇ ਦਿੱਲੀ ਪੁਲਿਸ ਨੂੰ ਸਲੂਟ ਕਰਨਾ ਚਾਹੀਦਾ ਜਿਨ੍ਹਾਂ ਨੇ ਉਹ ੱੱਬਾ ਲੱਗਣ ਤੋਂ ਬਚਾ ਲਿਆ ਔਰ ਕਾਂਗਰਸ ਦੀ ਜਿਹੜੀ ਸਾਜ਼ਿਸ਼ ਸੀ ਉਸ ਨੂੰ ناکਾਮ ਬਣਾਤਾ ਔਰ ਇਹਦੇ ਚੰਦ ਕਿਸਾਨ ਲੀਡਰਾਂ ਦੀ ਜਿਹੜੀ ਸਾਜ਼ਿਸ਼ ਸੀ ਸਾਰੇ ਕਿਸਾਨ ਲੀਡਰ ਨਹੀਂ ਸੀ ਉਸ ਵਿੱਚ ਸ਼ਾਮਲ ਮੈਂ ਫਿਰ ਕਹਨਾ ਇੱਕ ਇੰਟਰਨੈਸ਼ਨਲ ਰਿਪੋਰਟ ਵੀ ਆਈ ਹੈ ਉਹਦੇ ਕਿਹਾ ਗਿਆ ਵੀ ਸਿੱਖਾਂ ਨੂੰ ਜਾਂ ਸਿੱਖ ਭਾਈਚਾਰੇ ਨੂੰ ਲੇਬਲ ਕਰਨ ਵਾਸਤੇ ਉਹਨਾਂ ਤੇ ਉਹਨਾਂ ਨੂੰ ਖਾਲਸਤਾਨੀ ਆ ਵੱਖ-ਵੱਖ ਚੀਜ਼ਾਂ ਕਹਿਣ ਵਾਸਤੇ ਬੜੇ ਫੇਕ ਅਕਾਊਂਟ ਬਣੇ ਕਿਸਾਨ ਮੋਰਚੇ ਦੇ ਕਿਸਾਨ ਆंदोलਨ ਦੇ ਇੱਕ ਸਾਲ ਦੇ ਦੌਰਾਨ ਤਾਂ ਕਿ ਜਾਵੇ ਵੀ ਸਿੱਖ ਭਾਈਚਾਰਾ ਗਲਤ ਕਰ ਰਿਹਾ ਹੈ ਜਾਂ ਜਿਹੜਾ ਇਹਨਾਂ ਨੇ ਮੋਰਚਾ ਉਹ ਕੀਤਾ ਹੈਗਾ ਆ ਰਹੇ ਆ ਕਿਸਾਨ ਉਹਨਾਂ ਨੂੰ ਡੀਫੇਮ ਕਰਨ ਵਾਸਤੇ ਦੇਖੋ ਸਿੱਖਾਂ ਨੂੰ ਔਰ ਪੰਜਾਬੀਆਂ ਨੂੰ ਦੇਸ਼ ਦੀ ਮੁੱਖ ਧਾਰਾ ਤੋਂ ਅਲੱਗ-ਥਲੱਗ ਪੈਣ ਇਹਦੇ ਲਈ ਵਿਦੇਸ਼ਾਂ ਤੋਂ ਕਰੋੜਾਂ ਅਰਬਾਂ ਰੁਪਏ ਖਰਚ ਹੋਇਆ ਉਹਦੇ ਚ ਐਸਐਫ ਜੇ ਵੀ ਸੀ 6 ਫਾਰ ਜਸਟਿਸ ਉਹ ਤਾਂ ਨੋਨ ਫੈਕਟਰ ਹੈ ਹੋਰ ਵੀ ਲੋਕ ਸੀਗੇ ਔਰ ਉਹਦੇ ਚ ਕੁਝ ਕਿਸਾਨ ਲੀਡਰ ਵੀ ਸੀਗੇ ਸਾਰੇ ਨਹੀਂ ਸੀਗੇ ਕਿਸਾਨ ਤਾਂ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਕਿਸਾਨ ਲੀਡਰ ਵੀ ਸਾਰੇ ਨਹੀਂ ਸੀ ਕੁਝ ਸੀਗੇ ਉਹ ਸਾਰੇ ਸਾਹਮਣੇ ਆ ਜਾਏਗਾ ਐਸੀ ਕੋਈ ਗੱਲ ਨਹੀਂ ਹੈ ਹੁਣ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਜੋ ਜੋ ਇਹਨਾਂ ਨੇ ਕੀਤਾ ਉਹ ਵੀ ਸਾਹਮਣੇ ਆਏਗਾ ਪਰ ਉਸ ਦੇ ਬਾਵਜੂਦ ਵੀ ਇਹ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਇਹ ਵਾਪਸ ਲੈ ਲਿਆ ਮੈਂ ਸਮਝਦਾ ਇਹਦੇ ਚ ਸਿੱਖਾਂ ਨੂੰ ਬਦਲਾਮ ਹੋਣ ਤੋਂ ਬਚਾਇਆ ਉਸੇ ਕਰਕੇ ਬਚਾਇਆ ਸਿੱਖ ਵਰਸ ਸਰਕਾਰ ਬਣਾ ਰਹੀ ਸੀ ਸਰਕਾਰ ਦੇ ਮੱਥੇ ਤੇ ੱੱਬਾ ਲਾਉਣਾ ਚਾਹੁੰਦੇ ਸੀ ਉਹ 84 ਵਾਲਾ ਭਲਾਉਣਾ ਚਾਹੁੰਦੇ ਸੀ ਨਸਲ ਕੁਸ਼ੀ 84 ਚ ਹੋਈ ਆ ਉਹ ਭਲਾਉਣਾ ਚਾਹੁੰਦੇ ਸੀ ਸਾਡੇ ਪ੍ਰਧਾਨ ਮੰਤਰੀ ਨੇ ਤੇ ਇੱਥੇ ਸਿੱਖ ਪ੍ਰਧਾਨ ਮੰਤਰੀ ਦਾ ਸਿੱਖ ਰਾਸ਼ਟਰਪਤੀ ਰਿਹਾ ਕਿਸੇ ਨੇ ਅਜੇ ਤੱਕ ਕੀਤਾ ਉਹਨਾਂ ਨੇ ਆ ਕੇ 84 ਦੇ ਨਸਲ ਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਨੇ ਉਹਨਾਂ ਨੇ ਕਾਲੀ ਬਲੈਕ ਲਿਸਟ ਖਤਮ ਕਰਤੀ ਬਿਨਾ ਮੰਗੇ ਜਿਹੜੇ 35 35 ਸਾਲ ਤੋਂ ਵੱਧ ਸਮਾਂ ਕਰਾਂਚਨੀ ਸੀ ਆ ਰਹੇ ਇਹ ਕਹਿੰਦੇ ਆ ਸਾਡੀ ਕਾਲੀ ਸੂਚੀ ਬਣਾ ਲਈ ਆ ਇਹਨਾਂ ਦੀ ਕਿਹੜੀ ਬਲੈਕ ਲਿਸਟ ਬਣਾ ਲਈ ਠੀਕ ਹੈ ਨਾ ਗੱਲ ਹੁਣ ਇਹਨਾਂ ਤੋਂ ਪੁੱਛ ਕੇ ਸਰਕਾਰਾਂ ਚੱਲਣਗੀਆਂ ਇਹਨਾਂ ਤੋਂ ਪੁੱਛ ਕੇ ਉਹ ਉਹ ਫਾਸਟਵੇਅ ਵਾਲੇ ਤੇ ਜਿਹੜੀ ਈਡੀ ਦਾ ਰੇਡ ਹੋਈ ਆ ਇਹਨਾਂ ਤੋਂ ਪੁੱਛ ਕੇ ਕਰਨੀ ਸੀ ਇਹ ਕਹਿੰਦੇ ਉਹ ਕਿਸਾਨ ਅੰਦੋਲਨ ਦੀ ਮਦਦ ਕਰਦਾ ਸੀ ਤਾਂ ਰੇਡ ਹੋ ਗਈ ਲਓ ਦੱਸੋ ਉਸ ਰੇਡ ਦੀ ਤਾਂ ਹਮਾਇਤ ਕਹਿ ਲੋ ਐਮਐਲਏ ਕਮਰ ਸੰਦੂ ਨੇ ਵੀ ਕੀਤੀ ਹੈ ਨਵਜੋਤ ਸਿੰਘ ਸਿੱਧੂ ਜੋ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਕੀਤੀ ਹੈ ਕਿ ਨਵਜੋਤ ਸਿੰਘ ਸਿੱਧੂ ਚਾਹੇ ਕੁਝ ਵੀ ਕਹੋ ਕਈ ਵਾਰ ਬਹੁਤ ਅੱਛੀਆਂ ਗੱਲਾਂ ਵੀ ਕਰਦਾ ਔਰ ਆਪ ਦੇ ਸਰਕਾਰ ਬਾਰੇ ਵੀ ਬੋਲਦਾ ਉਹ ਤਾਂ ਦੁਖੀ ਆਤਮਾ ਐ ਇਸ ਵੇਲੇ ਗੱਲਾਂ ਠੀਕ ਬੋਲਦਾ ਕਹੀ ਤੇ ਅਸੀਂ ਕੋਈ ਉਹਦੀ ਹਰ ਗੱਲ ਨੂੰ ਨਹੀਂ ਮਨਾ ਕਰਦੇ ਤੇ ਬਾਕੀ ਉਹਨਾਂ ਗੱਲਾਂ ਨੂੰ ਛੱਡੋ ਉਹ ਤਾਂ ਸਰਕਾਰ ਚ ਨੇ ਐ ਇਸ ਵੇਲੇ ਕਾਂਗਰਸ ਉਸ ਕਾਂਗਰਸ ਦਾ ਪ੍ਰਧਾਨ ਹੈ ਜਿਹਦੀ ਸਰਕਾਰ ਹੈ ਭਾਈ ਤੁਸੀਂ ਤਾਂ ਪਰਫਾਰਮ ਕਰਨਾ ਤੁਸੀਂ ਬਿਆਨ ਥੋੜਾ ਦੇਣੇ ਤੁਸੀਂ ਤਾਂ ਕਾਰਵਾਈ ਕਰੋ ਲੋਕਾਂ ਤੇ ਜਿਹੜਾ ਗਲਤਾਂ ਨੂੰ ਫੜੋ ਨਾ ਤੁਸੀਂ ਨਸ਼ਿਆਂ ਦਾ ਇਨਸਾਫ ਦਿੱਤਾ ਹੈ ਉਹਨੂੰ ਰੋਕਣ ਲਈ ਕੁਝ ਕੀਤਾ ਤੇ ਨਾ ਤੁਸੀਂ ਗੁਰੂ ਦੀਆਂ ਬੇਅਦਬੀਆਂ ਦਾ ਇਨਸਾਫ ਦਿੱਤਾ ਤਾਂ ਭਾਜਪਾ ਨੂੰ ਆ ਕੇ ਕਰਨਾ ਪੈਣਾ ਜੇ ਲੋਕਾਂ ਨੇ ਲੈਣਾ ਹੋਇਆ ਤਾਂ ਬੀਜੇਪੀ ਲੈ ਕੇ ਆਉਣਗੇ ਤੇ ਇਸ ਕਰਕੇ ਸਾਰਾ ਜਿਹੜਾ ਕੀਤਾ ਗਿਆ ਨਾ ਇਹ ਗਲਤ ਸੀ ਤੇ ਇਹ ਪੰਜਾਬ ਨੂੰ ਔਰ ਸਿੱਖਾਂ ਨੂੰ ਦੇਸ਼ ਦੀ ਮੁਖਤਰਾਤੋਂ ਅਲੱਗ-ਥਲੱਗ ਕਰਨ ਦੀ ਸਾਜ਼ਿਸ਼ ਸੀ ਔਰ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਮਿਤ ਸ਼ਾਹ ਜੀ ਦੀ ਸੂਝ-ਬੂਝ ਦਿੱਲੀ ਪੁਲਿਸ ਦਾ ਡਿਸਪਲਿਨ ਮੈਂ ਸਮਝਦਾ ਉਹਨਾਂ ਨੇ ਵਿਚਾਲੇ ਨਹੀਂ ਤਾਂ ਇਹਨਾਂ ਲੋ ਕੋਈ ਕਸਰ ਨਹੀਂ ਸੀ ਇਹ ਉਹ ਸਾਜ਼ਿਸ਼ ਦਾ ਬਹੁਤ ਸਾਰੇ ਲੋਕ ਲੀਡਰ ਜਿਹੜੇ ਸੀ ਉਹ ਹਿੱਸਾ ਸੀ ਉੱਥੇ ਬਿਨਾਂ ਕਿਸਾਨਾਂ ਤੋਂ ਵੀ ਬਹੁਤ ਸਾਰੇ ਲੋਕ ਵਿੱਚ ਚਲੇ ਗਏ ਸੀ ਜਿਹੜੇ ਉਸ ਦਿਨ ਲਾਲ ਕਿਲੇ ਤੇ ਗਏ ਇਹ ਤਾਂ ਉਲਟੇ ਇਲਜ਼ਾਮ ਲਾਉਂਦੇ ਰੇ ਉਹੀ ਲੋਕ ਜਿਹੜੇ ਕਿਸਾਨ ਲੀਡਰ ਇਹਨਾਂ ਗੱਲਾਂ ਵਿੱਚ ਸ਼ਾਮਿਲ ਸੀ ਸ਼ਮੂਲੀਅਤ ਸੀ ਸਾਰਿਆਂ ਦੀ ਨਹੀਂ ਉਹੀ ਕਹਿੰਦੇ ਰਹੇ ਕਿ ਇਹ ਸਰਕਾਰ ਲੈ ਗਈ ਜੀ ਲਾਲ ਕਿਲੇ ਤੇ ਦੱਸ ਦੱਸੋ ਸਰਕਾਰ ਕਦੇ ਕੰਮ ਕਰਦੀ ਹੈ ਤੇ ਜਾਣ ਬੁੱਝ ਕੇ ਸਾਜ਼ਿਸ਼ਾਂ ਇਹ ਨਹੀਂ ਕਿ ਇਹ ਬੁਰਾ ਹੋਇਆ ਗਲਤ ਹੋਇਆ ਉਹਦੀ ਨਿੰਦਾ ਕਰੀਏ ਉਹਨਾਂ ਲੋਕਾਂ ਨੂੰ ਅਲੱਗ-ਤਲਗ ਕਰੀਏ ਅੰਦੋਲਨ ਚ ਇਹ ਉਲਟਾ ਸਰਕਾਰ ਤੇ ਇਲਜ਼ਾਮ ਲਾਉਣ ਲੱਗ ਜਾਂਦੇ ਸੀ ਇਸ ਕਰਕੇ ਇਹ ਤਾਂ ਗਲਤ ਡਾਇਰੈਕਸ਼ਨ ਨੂੰ ਜਾ ਰਿਹਾ ਸੀ ਕਾਨੂੰਨ ਕੋਈ ਬੁਰੇ ਨਹੀਂ ਸੀ ਮਾਫਰ ਕਨਾ ਕਾਨੂੰਨ ਕਿਸਾਨ ਹੈ ਦੇਸੀ ਪਰ ਇਹਨਾਂ ਕੋਲੋਂ ਪੁੱਛ ਕੇ ਸਰਕਾਰਾਂ ਨਹੀਂ ਚੱਲਣੀਆਂ ਜੇ ਗਲਤਫਹਿਮੀ ਜੇ ਹੋਣ ਕਿਉਂਕਿ ਸਾਰੇ ਲੋਕ ਉਹ ਉਹਨੇ ਭਲੇ ਮਾਨਸ ਨਹੀਂ ਜਿਹੜੇ ਲੀਡਰ ਨੇ ਇਹਨਾਂ ਚੋਂ ਕੁਝ ਲੋਕ ਜਿਹੜੇ ਆ ਬਹੁਤੀ ਸੰਖਿਆ ਜਿਹੜੀ ਹੈਗੀ ਆ ਉਹ ਭਲੇ ਨੇ ਮੈਂ ਫਿਰ ਕਹਨਾ ਅੱਜ ਹਰ ਕਿਸਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਜਿਹੜਾ ਗਲਤ ਹੋਵੇ ਉਹਨੂੰ ਗਲਤ ਕਹੋ ਜਿਹੜਾ ਸਹੀ ਹੋਵੇ ਉਹਨੂੰ ਸਹੀ ਕਹੋ ਤੇ ਹੁਣ ਜੇ ਵਾਪਸ ਆ ਜਾਂਦੇ ਆ ਤਾਂ ਇਹ ਤਾਂ ਹੀ ਆਉਣਗੇ ਉਹ ਜਿਹੜੀ ਬਹੁਤ ਸੰਖਿਆਕ ਸਹੀ ਨੇ ਨਾ ਲੋਕ ਉਹ ਇਹਨਾਂ ਨੂੰ ਬੰਦੇ ਬਣਾਉਣਗੇ ਜਿਹੜੇ ਲੀਡਰਾਂ ਚ ਵੀ ਸਹੀ ਨੇ ਤੇ ਇਹ ਨਹੀਂ ਤਾਂ ਇਹਨਾਂ ਨੇ ਅੰਦੋਲਨ ਖਤਮ ਨਹੀਂ ਕਰਨਾ ਕਿਉਂਕਿ ਕਈਆਂ ਦਾ ਤਾਂ ਰੋਜ਼ਗਾਰ ਆ ਨਾ ਇਹ ਅੰਦੋਲਨ ਉਹ ਜਿਹੜੇ ਅੰਦੋਲਨ ਜੀ ਵੀ ਆ ਰੋਜ਼ਗਾਰ ਵਾਲੇ ਨੇ ਜਿਹਦੇ ਜਗਿੰਦਰ যাদਬਾ ਅੰਦੋਲਨ ਜੀ ਵੀ ਆ ਠੀਕ ਹੈ ਨਾ ਗੱਲ ਇਸੇ ਤਰ੍ਹਾਂ ਹੀ ਹਨਨ ਮੋਲਾ ਇਹ ਕਮਿਊਨਿਸਟਾਂ ਦਾ ਕੰਮ ਹੈ ਧੰਦਾ ਉਹਨਾਂ ਨੇ ਕੋਈ ਜਨਤਾ ਦੀ ਲੜਾਈ ਥੋੜਾ ਲੜਦੇ ਉਹ ਤਾਂ ਦੇਸ਼ ਨੂੰ ਖਰਾਬ ਕਰਨਾ ਉਹਨਾਂ ਨੇ ਤੇ ਇਸ ਕਰਕੇ ਮੈਂ ਬਹੁਤ ਸਾਰਾ ਇਹਨਾਂ ਨੂੰ ਨਹੀਂ ਹੁਣ ਕਹਿੰਦਾ ਮੈਂ ਤਾਂ ਇਹੀ ਪ੍ਰਾਰਥਨਾ ਕਰੂੰਗਾ ਕਿ ਇਸ ਨੂੰ ਖਤਮ ਕਰਨ ਅੰਦੋਲਨ ਨੂੰ ਔਰ ਜਲਦੀ ਤੋਂ ਜਲਦੀ ਕਰਨ ਪੰਜਾਬ ਦਾ ਨੁਕਸਾਨ ਹੋਣਾ ਬੰਦ ਹੋਵੇ ਗਰੇਵਾਲ ਸਾਹਿਬ ਇਹ ਤਾਂ ਹੋ ਗਈ ਕਿਸਾਨ ਅੰਦੋਲਨ ਦੀ ਗੱਲ ਜਿਹੜਾ ਹੁਣ ਈਡੀ ਵੱਲੋਂ ਰੇਡ ਪਈ ਹੈ ਜਾਂ ਆਈਟੀ ਵਿਭਾਗ ਨੇ ਕਾਲੀਦ ਦੇ ਆਗੂਆਂ ਦੇ ਉੱਤੇ ਆ ਲੀਡਰਾਂ ਦੇ ਉੱਤੇ ਐਮਐਲਏ ਦੇ ਉੱਤੇ ਰੇਡ ਪਾਈ ਹੈ ਉਹਨੂੰ ਕਿਹਾ ਜਾ ਰਿਹਾ ਵੀ ਬੀਜੇਪੀ ਆ ਭਾਜਪਾ ਸਰਕਾਰ ਜੇ ਕੇਂਦਰ ਚ ਬੈਠੀ ਹੈ ਕਿਉਂਕਿ ਚੋਣਾ ਆ ਗਿਆ ਤਾਂ ਏਜੰਸੀਆਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਕਿਵੇਂ ਦੇਖਦੇ ਜਿਹੜੇ ਮੌਜੂਦਾ ਪਾਰਟੀਆਂ ਨੇ ਵਿਰੋਧੀ ਨੇ ਭਾਜਪਾ ਦੇ ਕੰਪੀਟੀਸ਼ਨ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਵੀ ਜਿਵੇਂ ਬਾਕੀ ਚੋਣਾਂ ਚ ਕਰੀਏ ਭਾਜਪਾ ਉਵੇਂ ਹੁਣ ਪੰਜਾਬ ਚ ਵੀ ਕਰ ਰਿਹਾ ਅਰੇ ਭਾਈ ਤੁਹਾਡੇ ਅਕਾਊਂਟ ਚ ਅਨ ਅਕਾਊਂਟਡ ਮਨੀ ਹੋਊਗੀ ਡਿਸਪਰਪੋਰਸ਼ਨੇਟ ਐਸੈਟਸ ਹੋਣਗੇ ਤੁਹਾ ਤੇ ਉਹਨਾਂ ਦੇ ਪ੍ਰੂਫ ਹੋਣਗੇ ਤਾディ ਤਾਈ ਜੀ ਕੁਛ ਕਰ ਪਾਏਗਾ ਈਦੀ ਲੋ ਮੇਰੇ ਤੇ ਰੇਡ ਕਰਵਾ ਦਿਓ ਕਰ ਲੈ ਈਦੀ ਨੇ ਜੋ ਕਰਨਾ ਜਦੋਂ ਤੁਸੀਂ ਕੋਈ ਗਲਤ ਕੰਮ ਹੀ ਨਹੀਂ ਕਰਦੇ ਤੁਹਾਡਾ ਈਡੀ ਕੀ ਕਰੂਣ ਵਾਲੇ ਪੁਲਿਸ ਕੀ ਕਰੂਗੀ ਠੀਕ ਹੈ ਟਾਈਮਿੰਗ ਦੀ ਗੱਲ ਕਰ ਰਹੇ ਹੋ ਟਾਈਮਿੰਗ ਵੀ ਚੋਣਾ ਤੋਂ ਪਹਿਲਾਂ ਵੀ ਇਹ ਵੀ ਇਹ ਵੀ ਸੋਚਣਾ ਪਊਗਾ ਵੀ ਚੋਣਾ ਚਾਹੇ ਕੋਈ ਕਿਸੇ ਦਾ ਕਤਲ ਕਰ ਦੇ ਉਹਨੂੰ ਫੜੋ ਹੀ ਨਾ ਇਹ ਕੋਈ ਗੱਲ ਆ ਐਸੀ ਨਹੀਂ ਕੋਈ ਇਹ ਮਾਨਸਿਕਤਾ ਨਹੀਂ ਰੱਖਣੀ ਚਾਹੀਦੀ ਜਿਹੜਾ ਕਰਾਇਮ ਕਰਦਾ ਉਹਨੂੰ ਜਦੋਂ ਵੀ ਉਹ ਡਿਟੈਕਟ ਹੋ ਜਾਏ ਕਰਾਇਮ ਉਸੇ ਵਲੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੋ ਰਿਹਾ ਸਾਰਾ ਕੋਈ ਗਲਤ ਨਹੀਂ ਹੁੰਦਾ ਤੇ ਆਖਰ ਸਾਬ ਪਹਿਲਾਂ ਕਹਿੰਦੇ ਸੀ ਮੇਰੇ ਤੇ ਗਲਤ ਹੋ ਗਿਆ ਹੁਣ ਕਹਿਣ ਲਾ ਗਲਤ ਹੋ ਗਿਆ ਹੁਣ ਕਹਿੰਦੇ ਆ ਕਿ ਪੈਸੇ ਜਿਹੜੇ ਬੋਜਨ ਇਹਦੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਉਹਦੇ ਪੈਸੇ ਸੀਗੇ ਇਹ ਹੁਣ ਮੰਨ ਗਏ ਨੇ ਉਹ ਠੀਕ ਹੈ ਨਾ ਗੱਲ ਤੇ ਹੁਣ ਉਹ ਲੀਡਰ ਨਹੀਂ ਮੰਨਦੇ ਉਹਨੂੰ ਔਨ ਕਰਦੇ ਚੋਰੀ ਕਰਵਾ ਲਈ ਹੁਣ ਉਹ ਔਨ ਨਹੀਂ ਕਰਦੇ ਇਸ ਕਰਕੇ ਮੈਂ ਇਹ ਸਮਝਦਾ ਕਿ ਇਹ ਸਾਰੀਆਂ ਚੀਜ਼ਾਂ ਕਾਨੂੰਨ ਦੇ ਦਾਇਰੇ ਚ ਰਹਿਣੀਆਂ ਚਾਹੀਦੀਆਂ ਨੇ ਔਰ ਕਾਨੂੰਨ ਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਟਾਈਮਿੰਗ ਦੀ ਕੋਈ ਗੱਲ ਨਹੀਂ ਹੁੰਦੀ ਕੇਜਰੀਵਾਲ ਲਗਾਤਾਰ ਪੰਜਾਬ ਦੌਰੇ ਤੇ ਆਉਂਦੇ ਨੇ ਵੱਡੇ ਐਲਾਨ ਕਰਦੇ ਨੇ ਗਰੰਟੀਆਂ ਦੇ ਰਹੇ ਨੇ ਅਕਾਲੀ ਦਲ ਤਾਂ ਵੈਸੇ ਹੀ ਸਰਗਰਮ ਹੈ ਬਹੁਤ ਜ਼ਿਆਦਾ ਕਾਂਗਰਸ ਵੀ ਚੰਨੀ ਸਰਕਾਰ ਵੀ ਪੂਰੀ ਐਕਟਿਵ ਹੈ ਰੈਲੀਆਂ ਕਰਨੀਆਂ ਸ਼ੁਰੂ ਕਰਤੀਆਂ ਪਹਿਲਾਂ ਤਾਂ ਆਪ ਦੇ ਅੰਦਰ ਖਾਨਾ ਜੰਗੀ ਚੱਲ ਰਹੀ ਸੀ ਪਰ ਹਜੇ ਵੀ ਉਹ ਰੈਲੀਆਂ ਉਹਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਭਾਜਪਾ ਹਜੇ ਪੂਰੀ ਤਰ੍ਹਾਂ ਚੋਣ ਮੈਦਾਨ ਚ ਨਹੀਂ ਆਈ ਹੈ ਰੈਲੀਆਂ ਕਰਨੀਆਂ ਸ਼ੁਰੂ ਨਹੀਂ ਕੀਤੀਆਂ ਹੋਰ ਸਾਰੀਆਂ ਗੱਲਾਂ ਤਾਂ ਭਾਜਪਾ ਦੀ ਕੀ ਸਟ੍ਰੈਟਜੀ ਹੈ ਹੁਣ ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਤੇ ਇਹਨਾਂ ਪਾਰਟੀਆਂ ਦਾ ਕੰਮ ਕਰਨ ਦਾ ਤਰੀਕਾ ਅਲੱਗ ਹੈ ਕਿਉਂਕਿ ਦੇਸ਼ ਦੇ ਅੰਦਰ ਦੋ ਸਾਰੇ ਜਿਹੜੇ ਕੈਡਰ بیسਡ ਕਮ ਮਾਸ بیس ਆਰਗੇਨਾਈਜੇਸ਼ਨ ਨੇ ਵਿਚਾਰਧਾਰਕ ਦਲ ਨੇ ਉਹਨਾਂ ਦੇ ਵਿੱਚ ਇੱਕ ਭਾਰਤੀ ਕਮਿਊਨਿਸਟ ਪਾਰਟੀ ਹੋਰ ਇੱਕ ਕੇ ਬੀਜਪੀ ਭਾਰਤੀ ਜਨਤਾ ਪਾਰਟੀ ਬਾਕੀ ਦਲ ਜਿਹੜੇ ਆ ਉਹ ਹਵਾ ਦੇ ਰੁੱਖ ਨਾਲ ਚੱਲਦੇ ਮਾਸ بیس ਆਰਗੇਨਾਈਜੇਸ਼ਨ ਨੇ ਕੈਡਰ ਨਹੀਂ ਹੁੰਦਾ ਉਹਨਾਂ ਦਾ ਬਹੁਤ ਜ਼ਿਆਦਾ ਜਿਸ ਕਰਕੇ ਮੈਂ ਇਹ ਸਮਝਦਾ ਕਿ ਉਹ ਜਿਹੜਾ ਭਾਜਪਾ ਨੇ ਕੀਤਾ ਹੈਗਾ ਇਹ ਕੰਮ ਕਰ ਰਹੀ ਹੈ ਭਾਜਪਾ ਆਪ ਦੇ ਕੈਰੈਕਟਰ ਦਾ ਨਿਰਮਾਣ ਪਹਿਲਾਂ ਕਰਦੀ ਹੈ ਫਿਰ ਉਹਦੀ ਮੇਨ ਸਟਰੀਮ ਨਾਲ ਆਮ ਜਨਤਾ ਨੂੰ ਜੋੜਦੀ ਹੈ ਜਾਂ ਆਪ ਦੇ ਲੀਡਰ ਨਾਲ ਸਾਡੇ ਲੀਡਰ ਨਾਲ ਆਮ ਜਨਤਾ ਜੁੜੀ ਹੋਈ ਹੈ ਅਸੀਂ ਪੰਜਾਬ ਚ ਉਹਦਾ ਕੈਰੈਕਟਰ ਸਾਡਾ ਪਹਿਲਾਂ ਹੀ ਖੜਾ ਤੇ ਉਹ ਸੰਗਠਨ ਨੂੰ ਚੁਸਦਰਸਤ ਕਰ ਰਹੇ ਆ ਉਹ ਚੁਸਦਰਸਤ ਹੁੰਦੇ ਹੀ ਸਾਡਾ ਕੰਮ ਚਾਲੂ ਹੋ ਜਾਣਾ ਔਰ ਜਿਹੜਾ ਕੰਮ ਦੂਜੀਆਂ ਪਾਰਟੀਆਂ 4 ਮਹੀਨਿਆਂ ਚ ਕਰਨਗੀਆਂ ਉਹ ਸਾਡਾ 15 ਦਿਨ ਚ ਹੋ ਜਾਂਦਾ ਇਹ ਵੀ ਪੱਕੀ ਗੱਲ ਆ ਆਉਣ ਵਾਲਾ ਟਾਈਮ ਤੁਸੀਂ ਦੇਖਿਓ ਤੁਹਾਨੂੰ ਸਭ ਕੁਝ ਦਿਖਾਈ ਦੇਵੇਗਾ ਔਰ ਇਹ ਜਿਹੜੇ ਲੋਕ ਬੜੇ-ਬੜੇ ਦਮਗਜੇ ਮਾਰਦੇ ਆ ਉਹਨਾਂ ਨੂੰ ਸਮਝ ਆ ਜਾਊਗੀ ਭਾਜਪਾ ਇਦਾਂ ਦਾ ਕਮਜ਼ੋਰ ਸੰਗਠਨ ਨਹੀਂ ਹੈ ਕੈਪਟਨ ਮਿੰਦਰ ਸਿੰਘ ਨੇ ਕਦੋਂ ਗੱਠਜੋੜ ਅਨਾਉਂਸ ਕਰ ਰਹੀ ਹੈ ਭਾਜਪਾ ਕਿਉਂਕਿ ਉਹਦਾ ਕਹਿ ਰਹੇ ਬੜੀ ਜਲਦੀ ਹੋ ਜਾਊਗਾ ਅਸੀਂ ਤਾਂ 117 ਦੀ ਤਿਆਰੀ ਕਰ ਰਹੇ ਹਾਂ ਉਹ ਕੇਂਦਰ ਨਾਲ ਗੱਲ ਕਰਨਗੇ ਤੇ ਕੋਈ ਗੱਲ ਉਹਨਾਂ ਦੀ ਸਿਰੇ ਲੱਗੇਗੀ ਸਾਨੂੰ ਸੂਚਨਾ ਆਏਗੀ ਸਾਡੀ رائے ਮੰਗੀ ਜਾਏਗੀ ਪੰਜਾਬ ਦੀ ਤਾਂ رائے ਵੀ ਦਿੱਤੀ ਜਾਏਗੀ ਔਰ ਉਹ ਸੂਚਨਾ ਤੇ ਕੰਮ ਵੀ ਕੀਤਾ ਜਾਊਗਾ ਜੋ ਡਾਇਰੈਕਸ਼ਨ ਕੇਂਦਰ ਦੀ ਤਰਫੋਂ ਆਏਗੀ ਠੀਕ ਹੈ ਨਾ ਇਕਰੇਵਾਲ ਸਾਹਿਬ ਜਿਹੜਾ ਇਹ ਨਵਜੋਤ ਸਿੰਘ ਸਿੱਧੂ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਵੀ ਮੈਂ ਮੰਨ ਵਰਤ ਤੇ ਬਹਿ ਜਾਊਂਗਾ ਜੇ ਐਸਟੀਐਫ ਦੀ ਰਿਪੋਰਟ ਨਾ ਖੋਲੀ ਗਈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਵੀ ਸਾਨੂੰ ਇੱਕ ਤਾਂ ਉਹਨਾਂ ਨੂੰ ਆਪ ਨੂੰ ਤੇ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਨੂੰ ਝੂਠੇ ਪਰਚੇ ਦਰਜ ਕਰਕੇ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਵੀ ਤਾਂ ਝੂਠੇ ਪਰਚੇ ਦਰਜ ਕਰਕੇ ਫੜਦੇ ਰਹੇ ਨੇ। ਹੁਣ ਥੋੜਾ ਜਿਹਾ ਸਹਿਬ ਹੀ ਲੈਣ। ਇੰਨਾ ਕਿਉਂ ਚੀਕਚਾੜ ਪਾਉਂਦੇ ਐ? ਇਹ ਜੀ ਕੋਈ ਗੱਲ ਨਹੀਂ। ਝੂਠਾ ਪਰਚਾ ਕੋਈ ਨਹੀਂ ਦਰਜ ਕੋਈ ਕਿਸੇ ਤੇ ਕਰ ਸਕਦਾ ਡੈਮੋਕ੍ਰੇਸੀ ਹੈ ਇਹ ਤੇ ਸਾਰੀਆਂ ਏਜੰਸੀਆਂ ਨੇ ਉਹਨਾਂ ਨੂੰ ਐਸਾ ਲੱਗਦਾ ਤੇ ਮੈਂ ਸਮਝਦਾ ਕਿ ਇੱਥੇ ਅਦਾਲਤਾਂ ਵੀ ਨਹੀਂ ਸਭ ਨੇ ਤੇ ਜਿਹੜੇ ਜਾਇਜ਼ ਗੱਲ ਹੋਈ ਗਈ ਉਹ ਕਰਨੀ ਚਾਹੀਦੀ ਹੈ ਸਰਕਾਰ ਨੂੰ ਪਰ ਕਾਂਗਰਸ ਕੋਲੋਂ ਵੀ ਕੋਈ ਅੱਛਾ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਨਾਜਾਇਜ਼ ਵੀ ਕਰਦੇ ਆ ਤੇ ਪਰ ਮੈਨੂੰ ਮੈਂ ਤਾਂ ਇੱਕੋ ਹੀ ਚੀਜ਼ ਕਹੂੰਗਾ ਕਿ ਗੁਰੂ ਦੀਆਂ ਬੇਅਦਬੀਆਂ ਦਾ ਇਨਸਾਫ ਮਿਲਣਾ ਚਾਹੀਦਾ ਚਾਹੇ ਉਹ ਕੋਈ ਵੀ ਦੋਸ਼ੀ ਹੋਵੇ ਉਹਨੂੰ ਜੇਲ੍ਹ 'ਚ ਭੇਜੋ ਔਰ ਇਹ ਕਾਂਗਰਸ ਵੀ ਉਹਦਾ ਹੀ ਦੋਸ਼ੀ ਹੈ ਕਿਉਂਕਿ ਇਹ ਇਨਸਾਫ ਨਹੀਂ ਦੇਣਾ ਚਾਹੁੰਦੇ ਇਹ ਵੀ ਡਰੀ ਬਿਠਾ ਕੇ ਰੱਖਣਾ ਚਾਹੁੰਦੇ ਆ ਵੈਸੇ ਇਹ ਦੋਨੋਂ ਦਲ ਆਪਸ ਵਿੱਚ ਮਿਲੇ ਹੋਏ ਆ ਇਹ ਪੱਕੀ ਗੱਲ ਆ ਸਾਰੇ ਕੰਮਾਂ 'ਚ ਮਿਲੇ ਹੋਏ ਆ ਡਰਗਸ ਦੇ ਮਾਮਲੇ 'ਚ ਵੀ ਬਾਕੀ 'ਚ ਵੀ ਅਜੇ ਵੀ ਹਜੇ ਤਾਂ ਹੁਣ ਤਾਂ ਸੀਐਮ ਵੀ ਬਦਲਤਾ ਕਈ ਕਿਹਾ ਯਾਰ ਕੈਬਨਿਟ ਵੀ ਬਦਲਦੀ ਉਹ ਮਰਜੀ ਬਦਲੀ ਜਾਓ ਇਹਨਾਂ ਨੂੰ ਰਹਿਣਾ ਪੂ ਸਾਂਝਾ ਨਾਲ ਭਾਈ ਉਹ ਸਾਂਝ 25 75 ਦੀ ਹੁਣ ਉਹ ਦੂਜੇ ਨਵੇਂ ਸੀਐਮ ਨਾਲ ਹੋ ਗਈ ਉਹ ਠੀਕ ਹੈ ਨਾ ਕਰੋ ਉਹ ਸਭ ਹੋ ਜਾਂਦਾ ਨਾ ਉਹ ਸਿੰਘ ਸੇ ਦੋ ਹੀ ਮਿਲੇ ਹੋਇਆ ਹੋ ਤਾਂ ਲਗਾਤਾਰ ਕਾਲੀ ਦਲ ਉੱਤੇ ਹਮਲੇ ਕਰਦੇ ਰਹਿੰਦੇ ਆ ਤਿੱਖੇ ਹਮਲੇ ਕਰਦੇ ਆ ਰੋਜ਼ ਹੀ ਉਹਦਾ ਕਾਲੀ ਦਲ ਉੱਤੇ ਸਵਾਲ ਚੱਕਦੇ ਆ ਆਪਣੀ ਸਰਕਾਰ ਨੂੰ ਵੀ ਘੇਰ ਲੈਂਦੇ ਆ ਜੇ ਨਹੀਂ ਮਿਲਿਆ ਤਾਂ ਹੀ ਤਾਂ ਸਿਆਪਾ ਕੰਪਨੀ ਬਣਿਆ ਹੋਇਆ ਉਹ ਰੋਜ਼ ਸਿਆਪਾ ਕਰੀ ਜਾਂਦਾ ਆਪਦੀ ਪਾਰਟੀ ਦਾ ਆਪਦੀ ਸਰਕਾਰ ਦਾ ਹੀ ਸਿਆਪਾ ਕਰਦਾ ਤੇ ਪ੍ਰਧਾਨ ਹੋ ਕੇ ਕਰਦਾ ਕਿੱਡੀ ਬੁਰੀ ਗੱਲ ਤੇ ਇਸ ਕਰਕੇ ਉਹ ਤਾਂ ਹੀ ਕਰਦਾ ਨੇ ਜੇ ਨਹੀਂ ਮਿਲਿਆ ਮੈਂ ਕਦੇ ਕਹਿੰਦਾ ਉਹ ਮਿਲਿਆ ਹੋਇਆ ਤੇ ਪਰ ਉਹਦੀਆਂ ਗੱਲਾਂ ਤਾਂ ਉਹਦੀਆਂ ਵੀ ਨਹੀਂ ਸੁਣੀਆਂ ਜਾ ਰਹੀਆਂ ਮੰਨੀ ਤਾਂ ਉਹਦੀ ਵੀ ਗੱਲ ਨਹੀਂ ਜਾ ਰਹੀ अरविंद केजरीवाल तारीफ ਕਰ ਰਹੇ ਆ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕਰਕੇ ਗਏ ਆ ਵੀ ਬਹੁਤ ਵਧੀਆ ਕੰਮ ਕਰ ਰਿਹਾ ਨਵਜੋਤ ਸਿੰਘ ਸਿੱਧੂ ਸਹੀ ਮੁੱਦੇ ਚੱਕ ਰਿਹਾ ਤੁਹਾਨੂੰ ਲੱਗਦਾ ਵੀ ਨਵਜੋਤ ਸਿੰਘ ਸਿੱਧੂ ਸ਼ਾਇਦ ਆਮ ਆਦਮੀ ਪਾਰਟੀ ਚ ਨਾ ਚਲੇ ਜਾ ਦੇਖੋ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਤੇ ਸਿੱਧੂ ਵੈਸੇ ਕਦੋਂ ਕੀ ਕਰ ਲੇ ਅਨਪ੍ਰੇਡਿਕਟੇਬਲ ਪਰਸਨ ਆ ਮੈਂ ਉਹਦੇ ਬਾਰੇ ਕੋਈ ਪ੍ਰੈਡਿਕਸ਼ਨ ਨਹੀਂ ਕਰਨੀ ਪਰ केजरीवाल ਸਾਹਿਬ ਨੂੰ ਮੈਂ ਪੁੱਛਦਾ ਕਿ ਉਹ ਕਹਿੰਦੇ ਆ ਕਿ ਮੈਂ 1000 ਰੁਪਿਆ ਇੱਥੇ ਮਹਿਲਾਵਾਂ ਨੂੰ 18 ਸਾਲ ਤੋਂ ਵੱਧਿਆਂ ਨੂੰ ਦਵਾਂਗਾ ਕੋਸ਼ਨਾਵਾ ਕਰੀ ਜਾਂਦੇ ਆ ਉਹਨਾਂ ਨੇ ਇੰਨੀਆਂ ਕੋਸ਼ਨਾਵਾ ਕਰਤੀਆਂ ਜਿੱਨਾ ਪੰਜਾਬ ਦਾ ਬਜਟ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਉਹ ਪੈਸਾ ਕਿੱਥੋਂ ਉਹਦਾ ਰੋਡ ਮੈਪ ਨਹੀਂ ਦੱਸਦੇ ਦੂਸਰਾ ਤੁਸੀਂ 1000 ਰੁਪਿਆ ਇੱਥੇ ਆ ਕੇ ਕਹਿੰਦੇ ਹੋ ਪਹਿਲਾਂ ਦਿੱਲੀ 'ਚ ਤੁਸੀਂ ਅਨੀਦਰ ਦੇ ਮੁੱਖ ਮੰਤਰੀ ਬਣੇ ਹੋਏ ਹੋ ਆ ਉੱਥੇ 1000 ਰੁਪਿਆ ਤੁਸੀਂ ਦੇਣਾ ਸ਼ੁਰੂ ਕੀਤਾ ਜਾਂ ਨਹੀਂ ਕੀਤਾ ਉਹ ਕੋਛਣਾ ਇੱਥੇ ਲਾਗੂ ਕਰੋਗੇ ਉੱਥੇ ਕਿਉਂ ਨਹੀਂ ਕੀਤੀ ਉੱਥੇ ਮਹਿਲਾਵਾਂ ਨਹੀਂ ਹੈ ਉਹਨਾਂ ਦੀਆਂ ਮੁਸ਼ਕਲਾਂ ਨਹੀਂ ਹੈ ਉਹਨਾਂ ਨੂੰ ਪੈਸਾ ਨਹੀਂ ਚਾਹੀਦਾ ਇਹ ਕੇਜਰੀਵਾਲ ਸਾਹਿਬ ਨੂੰ ਪੁੱਛੋ ਇਹ ਸਵਾਲ ਉਹ ਬਹੁਤ ਝੂਠਾ ਇਨਸਾਨ ਹੈ ਔਰ ਗਲਤ ਬੋਲਦਾ ਹੈ ਇਹ ਜਿਹੜਾ ਹੈਗਾ ਮੈਂ ਸਮਝਦਾ ਕਿ ਉਹਨੂੰ ਬੜੀ ਗਲਤਫਹਿਮੀ ਹੈ ਕਿ ਪੰਜਾਬ 'ਚ ਇਦਾਂ ਹੀ ਚੁਟਕੀ ਨਾਲ ਰਾਜ ਲੈ ਲਊਗਾ ਪੰਜਾਬੀ ਇਹਨੇ ਸਿਆਣੇ ਆ ਉਹਦੇ ਚੱਕਰ 'ਚ ਨਹੀਂ ਆਉਣ ਵਾਲੇ ਇੱਕ ਆਖਰੀ ਸਵਾਲ ਗਰੇਵਾਲ ਸਾਹਿਬ ਪਿਛਲੇ ਦਿਨ ਹੀ ਪੰਜਾਬੀ ਯੂਨੀਵਰਸਿਟੀਆਂ ਇੱਕ ਫੰਕਸ਼ਨ ਹੁੰਦਾ ਜਿੱਥੇ ਸੀਐਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀਗੇ ਬੀਸੀ ਸੀਗੇ ਉੱਥੇ ਜਿਹੜਾ ਕਨੌਰ ਤੋਂ ਐਮਐਲਏ ਮਦਨ ਲਾਲ ਜਲਾਰਪੁਰ ਉਹਨਾਂ ਨੇ ਕਿਹਾ ਵੀ ਸੀ ਉੱਤੇ ਸਵਾਲ ਚੱਕਿਆ ਵੀ ਇਹ ਤਾਂ ਆਰਐਸਐਸ ਦਾ ਬੰਦਾ ਹੈ ਤੁਸੀਂ ਇਹ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ ਵੀ ਇਹ ਤਾਂ ਆਰਐਸਐਸ ਦਾ ਬੰਦਾ ਲਵਾਇਆ ਹੋਇਆ ਮੈਂ ਇਹਦੇ ਨਾਲ ਨਹੀਂ ਬੈਠਣਾ ਦੇਖੋ ਮਦਨ لال ਜਲਾਲਪੁਰ ਮੇਰਾ ਤਾਂ ਵੈਸੇ ਮਿੱਤਰ ਹੈ ਪਰ ਉਹ ਬੋਲਦੇ ਹੋਏ ਦੇਖਦਿਆਂ ਇਹਨਾਂ ਨੂੰ ਕੋਈ ਨਹੀਂ ਪਤਾ ਲੱਗਦਾ ਕਿ ਮੈਂ ਕੀ ਕਹਤਾ ਤੇ ਇਹ ਗੱਲ ਕਹਿਣਾ ਹੁਣ ਉਹ bc ਨੇ ਉੱਤੇ ਡੈਫੇਮੇਸ਼ਨ ਪਾਤੀ ਨਾ ਉਹ ਕੋਈ ਪਤਾ ਨਹੀਂ ਕਿੰਨੇ ਕਰੋੜ ਦੀ ਪਾਤੀ ਤੇ ਹੈ 15 20 ਹਾਂ 15 20 ਕਰੋੜ ਦੀ ਹੈ ਤੇ ਉਹ ਪਾਤੀ ਹੁਣ ਉਹ ਫੇਸ ਕਰਨਾ ਮੁਸ਼ਕਲ ਹੋ ਜਾਊਗਾ ਇਦਾਂ ਦੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦਾ ਸਬੂਤ ਨਾ ਹੋਵੇ ਜਿਹਦਾ ਕੋਈ ਸਬੂਤ ਹੋਵੇ ਉਹ ਗੱਲ ਕਹੋ ਇਸ ਤਰ੍ਹਾਂ ਦੀ ਗੱਲ ਕਹਿਣ ਕਰਕੇ ਉਪਾਇ ਗਈ ਡੇਫਰਮੇਸ਼ਨ ਤੇ ਇਸ ਮੈਂ ਸਮਝਦਾ ਜਲਾਲਪੁਰ ਨੂੰ ਇਹ ਨਹੀਂ ਕਰਨਾ ਚਾਹੀਦਾ ਉਹਦੀ ਹਬਤੀ ਸਰਕਾਰ ਆ ਕੁਝ ਮਰੈਦਾ ਹੁੰਦੀਆਂ ਨੇ ਉਹਦਾ ਪਾਲਣ ਕਰਨਾ ਚਾਹੀਦਾ ਤੇ ਪੈਸੇ ਚਲੋ ਉਹ ਬਾਕੀ ਕਾਂਗਰਸੀਆਂ ਨਾਲੋਂ ਫੇਰ ਵੀ ਥੋੜਾ ਬਹੁਤ ਭਲਾ ਹੈਗਾ ਉਹ ਮੈਂ ਤੁਹਾਨੂੰ ਦੱਸਾਂ ਸਾਡੇ ਵਾਲੇ ਐਮਐਲਏ ਕੋਲ ਚਲੇ ਜਾਓ ਬਸ ਜਲਾਦ ਤੋਂ ਵੀ ਬੁਰਾ ਵਿਵਹਾਰ ਕਰਦਾ ਫਿਰ ਕਿ ਲੋਕ ਡਰਦੇ ਆ ਉਹਦੇ ਕੋਲ ਵਾਲਾ ਕੇ ਚੈਨਾ ਅਤੰਕ ਕਿ ਅੱਜ ਵੀ ਉਹ ਵੇਟ ਕਰਦੇ ਆ ਆ ਜੀ ਕੋਡ ਲਗ ਲੈਣਦੇ ਜੀ ਫੇਰ ਅਸੀਂ ਤੁਹਾਡੇ ਨਾਲ ਆ ਜੀ ਉਦੋਂ ਤੱਕ ਨਹੀਂ ਜੀ ਸਾਡੇ ਤੇ ਝੂਠੇ ਮੁਕੱਦਮੇ ਬਣਾ ਦਊਗਾ ਰਾਜਪੁਰੇ ਵਾਲੇ ਵਿਧਾਇਕ ਦੇ ਬਾਰੇ ਤਾਂ ਤੇ ਇਹਦੇ ਬਾਰੇ ਪਤਾ ਨਹੀਂ ਉਹਦੇ ਹਲਕੇ ਚ ਕੀ ਆ ਪਰ ਮੈਨੂੰ ਤਾਂ ਲੱਗਦਾ ਉਹਨਾਂ ਨਾਲ ਤਾਂ ਚੰਗਾ ਇਹ ਉਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਪਬਲਿਕਲੀ ਕਿਉਂਕਿ ਡਿਮਾਂਡ ਕੀਤੀ ਹੈ ਬੀਸੀ ਨੇ ਜੇ ਨਹੀਂ ਮੰਗਦੇ ਤਾਂ ਅੱਗੇ ਕਾਰਵਾਈ ਕਰਨ ਚਲੋ ਮੇਰੇ ਕੋਲੋਂ ਸਲਾਹ ਮੰਗਣਗੇ ਮੈਂ ਦੇ ਦਊਗਾ ਪਰ ਮੰਗਦੇ ਨਹੀਂ ਹੈ ਸਲਾਹ ਮੇਰੀ ਸਲਾਹ ਨਾਲ ਤਾਂ ਚੱਲਦੇ ਨਹੀਂ ਹੋ ਮੈਂ ਸਮਝਦਾ ਕਿ ਪਹਿਲਾਂ ਉਹ ਮਹਾਰਾਣੀ ਦੇ ਨਾਲ ਰਹੇ ਆ ਉਹਨੂੰ ਆਪਣੀ ਮਾਂ ਦੱਸਦੇ ਸੀ ਤੇ ਉਹ ਜਿੱਦਾਂ ਹੀ ਵਿਚਾਰੇ ਅਲੱਗ ਹੋਏ ਥੋੜਾ ਬਹੁਤ ਅਲੱਗ-ਥਲੱਗ ਪਏ ਤੇ ਉਹਨੇ ਮਹਾਰਾਣੀ ਤੇ ਵੀ ਰੋ ਪੁਲਾਤੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਸੀ ਭਾਈ ਇਹ ਨਹੀਂ ਲਾਉਣੇ ਚਾਹੀਦੇ ਇੱਕ ਇਦਾਂ ਜਿਹਦੇ ਨਾਲ ਪ੍ਰੇਮ ਹੋਵੇ ਜਿਹਦੇ ਨਾਲ ਤੁਸੀਂ ਰਹੇ ਹੋ ਜਿਹੜਾ ਤੁਹਾਡਾ ਹੁਣ ਅੱਜ ਮੈਂ ਬੀਜੇਪੀ ਚਾ ਬੀਜੇਪੀ ਦੀ ਸੰਘਰਸ਼ ਕਰ ਰਹੇ ਆ ਕੱਲ ਨੂੰ ਸੌ ਨਾਰਾਜ਼ਗੀਆਂ ਹੋ ਜਾਂਦੀਆਂ ਨੇ ਹਾਲਾਂਕਿ ਮੇਰੀ ਤਾਂ ਨਹੀਂ ਹੋਣੀ ਬੀਜੇਪੀ ਨਾਲ ਕਦੇ ਨਾਰਾਜ਼ਗੀ ਤੇ ਪਰ ਉਹਦਾ ਮਤਲਬ ਇਹ ਥੋੜਾ ਹੁੰਦਾ ਕਿ ਆਪਦੀ ਪਾਰਟੀ ਦੇ ਖਿਲਾਫ ਬੋਲਣ ਲੱਗ ਜਾਓ ਜਾਂ ਆਪਦੇ ਲੀਡਰਾਂ ਦੇ ਖਿਲਾਫ ਬੋਲਣ ਲੱਗ ਜਾਓ ਜੇ ਕੋਈ ਗੱਲ ਹੋਵੇ ਪਾਰਟੀ 'ਚ ਜਾ ਕੇ ਕਹੋ ਉਹਨਾਂ ਨੂੰ ਕਹੋ ਤੇ ਇਦਾਂ ਨਹੀਂ ਕਰਨਾ ਚਾਹੀਦਾ ਇਹ ਮੈਂ ਇੱਕ ਚੀਜ਼ ਨੂੰ ਅੱਛਾ ਨਹੀਂ ਮੰਨਦਾ ਬਹੁਤ ਬਹੁਤ ਧੰਨਵਾਦ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ ਗਰੇਵਲ ਸਾਹਿਬ ਜੋ ਪਾਰਟੀਆਂ ਮਹੀਨੇ ਲਾ ਦਿੰਦੀਆਂ ਕੰਮ ਕਰਨ ਉਹ ਭਾਜੀਪੀ ਨੇ 10 15 ਦਿਨ 'ਚ ਹੀ ਕਰ ਦੇਣਾ ਕੇਡਰ ਸਟਰੋਂਗ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ 'ਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਭਾਜੀਪੀ ਦਾ ਪੰਜਾਬ 'ਚ ਏਜੰਡਾ ਕੀ ਹੈ ਅੰਚਕੁਲਾ ਤੋਂ ਕੈਮਰਾਮੈਨ ਜਗਜੀਤ ਸਿੰਘ ਨਾਲ ਮੈਂ ਸ਼ੁਭਕਰਮਨ ਢਾਲੀਵਾਲ ਤੋਂ ਪੂਰ ਪੰਜਾਬ